ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਜੁਮਾਤੁਲ ਮੁਬਾਰਕ ਦਾ, ਤੇ ਇਸ ਟਾਈਮ ਫਹਰੇ ਸਿਆਲਕੋਟ ਦੇ ਕਮ ਉਮਰ ਪਿਓ ਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਬਾਜਵਾ ਸਾਹਿਬ ਨੇ ਅੱਜ ਰਿਕਾਰਡ ਕਾਇਮ ਕੀਤਾ ਦੋਸਤਾਂ ਵਾਸਤੇ, 1, 2, 3, 4 ਨਹੀਂ ਬਲਕਿ 16 ਟਾਪ ਕਲਾਸ ਆਲਾ ਨਸਲ ਦੀਆਂ ਮੱਝਾਂ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 2,50,000, ਤੇ ਅੱਜ ਦੀ ਇਸ ਵੀਡੀਓ 'ਚ 18 ਤੋਂ 20 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ, ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਭਾਈ ਬਲਾਲ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਬਲਾਲ, ਕੀ ਹਾਲ ਹੈ? ਠੀਕ ਹੋ? ਠੀਕ ਠਾਕ ਹੋ? ਸੁਣਾ ਫਰਾਜ਼ ਭਾਈ, ਠੀਕ ਠਾਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ ਜੀ, ਜ਼ਾਤ ਦਾ ਕਰਮ ਹੈ। ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਹਫ਼ਤੇ 2 ਵੀਡੀਓਜ਼ ਅਪਲੋਡ ਹੁੰਦੀਆਂ ਨੇ ਦੋਸਤਾਂ ਨੂੰ। ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ, ਗਾਉਂ ਚੌਕ ਫਲੋਰਾ, ਮੇਨ ਸਿਆਲਕੋਟ ਰੋਡ ਦੇ ਡੇਰਾ। ਪਿੰਡ ਦੇ 3 ਕਿਲੋਮੀਟਰ, ਅਗਰ ਸਿਆਲਕੋਟ ਰੋਡ ਦੇ ਤਾਂ ਭਾਗਵਾਲ ਦੇ 3 ਕਿਲੋਮੀਟਰ। ਬਿਲਕੁਲ ਜੀ, ਸਾਹਮਣੇ ਮੇਨ ਰੋਡ ਨਜ਼ਰ ਆ ਰਿਹਾ, ਮੇਨ ਰੋਡ ਦੇ ਉੱਤੇ ਹੀ ਡੇਰਾ ਹੈ। ਤੇ ਡੇਰਾ ਕਿਸ ਨਾਮ ਤੋਂ ਮਸ਼ਹੂਰ ਹੈ? ਸੂਬੇਦਾਰ ਸਾਹਿਬ ਦੇ ਨਾਮ ਤੋਂ ਮਸ਼ਹੂਰ ਹੈ। ਤਾਂ ਮਾਸ਼ਾਅੱਲਾ ਜੀ, ਸੂਬੇਦਾਰ ਸਾਹਿਬ ਦਾ ਹੀ ਇਹ ਕਮਾਲ ਹੈ ਕਿ ਅੱਲਾਹ ਜ਼ਾਤ ਕਰਮ ਕਰਦੀ ਪਈ, ਅੱਗੇ ਗਾਵਾਂ ਦਾ ਕੰਮ ਕਰਦੇ ਹਨ ਪਏ, ਤੇ ਉਹ ਵੀ ਤਕਰੀਬਨ 15-15, 20-20 ਜਾਨਵਰ ਸ਼ਾਮਿਲ ਹੁੰਦੇ ਹਨ। ਤੇ ਮਾਸ਼ਾਅੱਲਾ ਅੱਜ 16 ਜਾਨਵਰ ਨੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਸੂਬੇਦਾਰ ਸਾਹਿਬ, ਕੀ ਹਾਲ ਹੈ? ਠੀਕ ਹੋ? ਤੁਸੀਂ ਉੱਥੇ ਇਹ ਕਹਿੰਦੇ ਕਿ ਸੂਬੇਦਾਰ ਸਾਹਿਬ ਦਾ ਕਮਾਲ ਹੈ? ਨਹੀਂ, ਉਸ ਮਾਲਕ ਦਾ ਕਮਾਲ। ਜ਼ਿੰਦਾਬਾਦ। ਕਹੋ ਇੱਕ ਵਾਰੀ ਆਪਣੀ ਜ਼ੁਬਾਨ ਚੋਂ ਕਿ ਸੂਬੇਦਾਰ ਤਾਂ ਨਹੀਂ, ਕਮਾਲ ਉਸ ਮਾਲਕ ਦਾ। ਅੱਲਾਹ ਦੀ ਜ਼ਾਤ ਦਾ ਕਮਾਲ ਹੈ, ਮੈਂ ਨਾਲ ਦੱਸਿਆ ਕਿ ਅੱਲਾਹ ਦੀ ਜ਼ਾਤ ਦਾ ਕਰਮ ਹੈ। ਅੱਲਾਹ ਦਾ ਕਮਾਲ ਹੈ, ਮੇਰਾ ਕੀ ਕਮਾਲ ਜੀ, ਕਿ ਇੱਕ ਮਿੰਟ ਚੋਂ ਹੀ ਹਵਾ ਬਾਹਰ ਹੋ ਗਏ ਜੀ। ਕਮਾਲ ਉਸ ਮਾਲਕ ਦਾ, ਅਤੇ ਜਦੋਂ ਉਸ ਮਾਲਕ ਦਾ ਕਮਾਲ ਹੋਏ ਨਾ, ਫਿਰ ਬਾਕੀ ਗੱਲ ਸੁਣੀ ਮੈਂ। ਦੂਸਰਾ ਮਈਆਂ ਮਾਸ਼ਾਅੱਲਾ ਵਾਹਵਾ ਨੇ, ਤੇ ਟਾਈਮ ਮੇਰਾ ਮੇਰੇ ਬਰਫੋ ਦਾ ਦੇ ਤੁਸੀਂ ਘਟਾਇਆ ਵੇ, ਦਿਲ ਤੇ ਘਰ ਤੱਕ 5 ਮਿੰਟ ਲਾਣ ਤੇ ਉਹ ਅਸਲ 'ਚ ਫੌਜ ਵਾਲੀ ਆਦਤ ਪਈ ਉਹਦੇ ਖਲੋ ਕੇ ਤੁਹਾਡਾ। ਤੋ ਮੇਰੀ ਤਰਫੋਂ ਸਭ ਨੂੰ ਅਸਲਾਮ ਅਲੈਕੁਮ। ਤੇ ਬਰਖੋਦਾਰ ਇੱਧਰ ਆ, ਮੇਰੀ ਗੱਲ ਸੁਣ ਲੈ ਹੁਣ। ਗਾਈਆਂ ਦਾ ਜਿੰਜ ਰੱਬ ਨੇ ਪਵਾਇਆ ਸੀ ਨਾ, ਤੇਰਾ ਰੱਬ ਨੇ ਬਰਾ ਸਾਹਿਬ, ਇਹਦਾ ਰੱਬ ਨੇ ਉਂਝ ਮੱਝਾਂ ਦਾ ਛੜਿਆ ਪਵਾ, ਤੇ ਮੁੱਲ ਇਸ ਤਰ੍ਹਾਂ ਜਾਇਜ਼ ਕਰ ਲੈ, ਇਸ ਤਰ੍ਹਾਂ ਕਰ ਲੈ ਕਿ ਗਾਈਆਂ ਨਾਲੋਂ ਵੀ ਧੂੜਾਂ ਪੋਤੀਆਂ ਧੁੰਮ ਜਾ, ਬਸ ਹੋਰ ਮੇਰੀ ਕੋਈ ਗੱਲ ਨਹੀਂ। ਹਕੀਕਤ ਗੱਲ ਮੈਂ ਸਾਹਮਣੇ ਉਹ ਕਹਿੰਦਾ ਬਫਰਾਜ ਸਾਹਿਬ ਤੁਹਾਡੇ ਸਾਹਮਣੇ, ਕਿ ਇਸ ਤਰ੍ਹਾਂ ਕਿ ਧੂੜਾਂ ਧਮਾ ਦੇ, ਕਿ ਅੱਲਾਹ ਤਾਲਾ ਵੀ ਖੁਸ਼ ਹੋਏ ਜਾਂ ਬੋਲੇ ਮੋਲੇ ਡੰਗਰ ਦੇ ਨਾਲ, ਰੱਬ ਬੜਾ ਖੁਸ਼ ਹੁੰਦਾ ਜੀ ਉਸ ਤਰ੍ਹਾਂ। ਸ਼ੁਰੂ ਕਰੋ ਜੀ, ਬਸ ਖੁਦਾ ਜੀ। ਸੂਬੇਦਾਰ ਬਹੁਤ ਸ਼ੁਕਰੀਆ ਸਰ। ਆਓ ਭਾਈ ਬਿਲਾਲ, ਇਹ 16 ਜਾਨਵਰ ਨੇ ਮਾਸ਼ਾਅੱਲਾ, ਸਾਰੀ ਇਹ ਕੈਟਾਗਰੀਜ਼ ਦੇ, ਯਾਨੀ ਕਿ ਦੋਸਤਾਂ ਦੀ, ਕੁਛ ਜਾਨਵਰ ਹੁੰਦੇ ਨੇ ਅੱਛੇ, ਕੁਛ ਨਾਰਮਲ, ਹਰ ਰੇਟ ਦੇ ਇਨਸ਼ਾਅੱਲਾ ਜਾਨਵਰ ਹੁੰਦੇ। ਸਾਰੇ ਦੋਸਤਾਂ ਦੀ ਗੁਜ਼ਾਰਿਸ਼, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਲਾਜ਼ਮੀ ਕਰਨਾ। ਛੋਟੇ ਭਾਈ, ਸੋਟੀ ਪਰਲੀ ਸਾਈਡ 'ਤੇ ਲਾਈਓ ਭਾਈ, ਜਾ ਅੱਗੇ ਕਰੋ ਭਾਈ, ਲਿਆਕਤ ਤੁਸੀਂ ਆਓ ਜ਼ਰਾ, ਠੀਕ ਹੈ ਚਾਚੀ ਹਰੀ ਵੀ ਲਓ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ। ਛੋਟੀ ਨੰਬਰ 1 ਜੀ ਭਾਈ ਬਿਲਾਲ, ਕਿਨਵਾ ਸੁਆ ਖਿਲਾਰੋ ਉੱਥੇ ਭਾਈ, ਕਿਨਵਾ ਸੁਆ ਦਾ ਪਹਿਲਾਂ ਝੋਟੀ ਹੈ ਮਾਸ਼ਾਅੱਲਾ ਜੀ। ਨੰਬਰ 1 ਤੇ ਚੈੱਕ ਕਰਾਨੇ ਆ ਪੇ, ਪਹਿਲਾ ਸੁਆ ਸੂਈ ਹੈ, ਥਨ ਦੋਸਤਾਂ ਵੇਖ ਲੈਣੇ ਨੇ, ਪਹਿਲਾਂ ਝੋਟੀਆਂ ਦੋਸਤ ਆਲਰੇਡੀ ਵੇਖਦੇ ਨੇ। ਖਿਲਾਰੋ ਭਾਈ ਜਾਨ, ਓਏ ਦੋਸਤੋ ਕਿਦਾਂ ਦੀ ਸੂਈ ਹੈ? ਛੇ ਕੁ ਦਿਨ ਹੋ ਗਏ ਨੇ, ਥਨ ਦੋਸਤਾਂ ਵੇਖ ਲੈਣੇ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪੁੱਠਾ ਵੀ ਦੋਸਤਾਂ ਵੇਖਣਾ ਹੈ, 6 ਕੁ ਦਿਨ ਹੋ ਗਏ ਨੇ। ਕਿੰਨਾ ਦੁੱਧ ਤੇਰੇ ਕੋਲ? ਇਸ ਟਾਈਮ ਰਾਤ ਦਾ 13 ਕਿਲੋ ਹੈ ਝੋਟੀ। 13 ਕਿਲੋ ਟੋਟਲ ਬੱਚੇ ਸਮੇਤ? ਹਾਂਜੀ, 6 ਕਿਲੋ ਦੋਸਤੋ ਥਾਣੇ ਤੇ ਵੇਖ ਲੈਣੇ ਨੇ।
ਤੇ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦਾ ਮਾਸ਼ਾਅੱਲਾ ਜੀ, ਕਾਲੀਆਂ ਅੱਖਾਂ ਨੇ, ਦੋ ਅੱਖਾਂ ਦੀ ਰੰਗਤ ਸੇਮ ਹੈ, ਸਿਹਤ ਵੀ ਦੋਸਤਾਂ ਵੇਖ ਲੈਣੀ ਹੈ ਪਿੱਛੇ ਤੇ ਜਾ ਕੇ ਇਹ ਕੱਟਾ ਮੁਕੰਮਲ ਨਜ਼ਾਰਾ ਕਰੋ। 13 ਕਿਲੋ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ ਚੈੱਕ ਕਰੋ ਜੀ, ਚਾਰ ਦੰਦੇ ਠੀਕ ਹੈ, ਚੈੱਕ ਕਰੋ ਜੀ ਠੀਕ ਹੈ ਬਾਈ। ਝੋਟੀ ਨੰਬਰ 1 6 ਕੁ ਦਿਨ ਹੋ ਗਏ ਨੇ, ਪਹਿਲਾਂ ਸੂਆ ਸੂਈ ਹੈ ਪਿੱਛੇ ਤੇ ਕੱਟਾ, ਕੱਟਾ ਵੀ ਸਿਹਤਮੰਦ ਹੈ, ਪੁੱਠਾ ਦੋਸਤਾਂ ਵੇਖ ਲੈਣਾ ਤੇ ਚਿਹਰਾ ਵੀ ਦੋਸਤਾਂ ਵੇਖਣਾ ਜੀ ਬਾਈ ਬਲਾਲ। ਝੋਟੀ ਨੰਬਰ 1 ਦਾ ਰੇਟ ਬਿਲਕੁਲ ਜਾਇਜ਼ ਨਾ, 2,90,000 ਚੋਰੀ ਦੇ, 2,90,000 ਦੋਸਤੋ ਝੋਟੀ ਨੰਬਰ 1 ਸੀ, ਕੀਮਤ ਡਿਮਾਂਡ 2,90,000 ਥਾਨ ਦੋਸਤਾਂ ਫਿਰ ਵੇਖ ਲੈਣੇ ਨੇ ਮਾਸ਼ਾਅੱਲਾ ਜੀ। ਪਹਿਲਾ ਸੂਆ ਸੂਈ ਹੈ, ਅੱਗੇ ਆ ਗਈ ਹੈ ਜੀ ਝੋਟੀ ਨੰਬਰ 2, ਲੈ ਰਹੇ ਬਾਈ ਇੱਥੇ ਚਿਹਰਾ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਸਿੰਘ ਵੀ ਚੈੱਕ ਕਰ ਲੈਣੇ ਨੇ ਪਿੱਛੇ ਜਾ ਕੇ, ਕੱਟੀ ਸੂ ਕੱਟਾ ਕੱਟੀ ਚੈੱਕ ਕਰੋ ਜੀ ਪਿੱਛੇ ਦੇ ਕੱਟੀ ਲਿਬਾਸ ਦਾ ਚੈੱਕ ਕਰਨਾ ਮਾਸ਼ਾਅੱਲਾ ਜੀ, ਦੂਸਰਾ ਸੂਆ ਸੂਈ ਹੈ ਪਿੱਛੇ ਦੇ ਕੱਟੀ, ਬਿਲਾਲ ਬਾਈ ਕਿਦਾਂ ਦੀ ਸੂਈ ਹੈ? 7 ਕੁ ਦਿਨ ਹੋ ਗਏ ਨੇ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਥਣ ਚੈੱਕ ਕਰਨੇ ਨੇ, ਦੂਸਰਾ ਸੂਆ ਹੈ ਪਿੱਛੇ ਦੇ ਕੱਟੀ ਹੈ, ਦੋਸਤਾਂ ਨੂੰ ਵੀ ਚੈੱਕ ਕਰਾਈਏ ਠੀਕ ਭਾਈ। ਦੁੱਧ ਕਿੰਨਾ ਦੇ ਕੋਲ? ਦੁੱਧ ਇਸ ਟਾਈਮ ਰਾਜ ਭਾਈ 12 ਕਿਲੋ ਜੀ, 12 ਕਿਲੋ ਟੋਟਲ ਬੱਚੇ ਸਮੇਤ ਦੋਏ ਦੋਸਤੋ। ਤੋਰੋ ਭਾਈ ਰੱਖ, ਤੋਰੋ ਭਾਈ ਜਾਣਾ ਜੀ, ਦੋਏ ਦੋਸਤੋ ਚੈੱਕ ਕਰੋ ਮਾਸ਼ਾਅੱਲਾ, ਖਾਣ ਵੀ ਤਾਂ ਵੇਖਣੇ ਨੇ। 12 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, 7 ਕੁ ਦਿਨ ਹੋ ਗਏ ਨੇ, ਦੂਸਰਾ ਸੂਆ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ, ਲਿਬਾਸ ਚੈੱਕ ਕਰਨਾ ਤੇ ਟੋਰ ਦੋਸਤਾਂ ਵੇਖਣੀ ਹੈ, ਚੈੱਕ ਕਰੋ ਜੀ ਪਿਛਲੀ ਸਾਈਡ ਤੇ ਲਿਬਾਸ ਨਿਕਲਿਆ। ਹਾਂਜੀ ਬਲਾਲ ਭਾਈ ਬਟਨ ਨਹੀਂ ਚੈੱਕ ਕਰਾਂਦੇ ਪਏ, ਬਟਨ ਭਰਾਸ ਦੇ ਹੀ ਭਰਾਵਾਂ ਖੁਦ ਹੀ ਨਜ਼ਰ ਆ ਜਾਂਦੇ, ਇਹ ਚੈੱਕ ਕਰੋ ਠੀਕ ਹੈ, ਕੱਟੀ ਜੱਤ ਵਾਲੀ ਵਿਖਾ, ਕੱਟੀ ਦੀ ਨਸਲ ਵਿਖਾ ਠੀਕ ਹੈ, ਇਹ ਚੈੱਕ ਕਰੋ ਮੈਂ ਚੈੱਕ ਕਰਾ ਦਿੰਦਾ ਇੱਥੇ ਦੋਏ ਦੋਸਤੋ, ਇਹ ਚੈੱਕ ਕਰੋ ਜੀ 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 ਭਾਈ ਬਲਾਲ। ਝੋਟੀ ਨੰਬਰ 2 ਦਾ ਰੇਟ ਭਰਾਸ ਦੇ, ਇਹਦਾ ਵੀ ਰੇਟ ਬਿਲਕੁਲ ਜਾਇਜ਼ ਹੈ, 2,75,000 ਝੋਟੀ ਦੇ ਦੋਏ ਦੋਸਤੋ, ਕੱਟੀ ਚੈੱਕ ਕਰਾ ਲਈਏ ਜੀ ਸੂਬੇਦਾਰ ਸਾਹਿਬ ਦੀ ਮਿਹਨਤ ਤੇ, ਉਹਨੇ ਦੀ ਮੱਝ ਤੇ ਉਹਨੇ ਦੀ ਕੱਟੀ, ਕੀਮਤ ਕੀ ਲਾਈਏ? 2,75,000 ਪੌਣੇ 3 ਲੱਖ, 2,75,000 ਤੇ ਅੱਗੇ ਪਹਿਲਵਾਨ ਚੀਜ਼ ਆ ਗਈ ਮਾਸ਼ਾਅੱਲਾ, ਸੇ ਦੋਸਤਾਂ ਵੇਖਣੀ ਹੈ ਸਾਹਿਬ। 1 ਮਿੰਟ, ਜੇ ਮੁੱਲ ਨਹੀਂ ਸਹੀ ਤੇ ਬੋਲ ਕੇ ਕਹੋ, ਮੈਂ ਉਸ ਬੰਦੇ ਨੂੰ ਪਸੰਦ ਕਰਨਾ ਜਿਹੜਾ ਕਵੇ ਨਜਾਇਜ਼ ਕਰ ਦਿਓ, ਪਰ ਮੈਂ ਉਸ ਤੋਂ ਵੀ ਡੋਲ ਕਰਾਂਗਾ ਥੱਲੇ। ਜ਼ਿੰਦਾਬਾਦ, ਸਹੀ ਨੇ ਕਿ ਨਹੀਂ ਸਹੀ? ਇਹ ਫੈਸਲਾ ਮੇਰੇ ਮੂੰਹ ਤੇ ਨਾ ਗੱਲ ਕਰਿਓ, ਸਹੀ ਹੈ ਕਿ ਨਹੀਂ? ਇਹ ਸਰ ਜਿਹੜਾ ਫੈਸਲਾ ਹੈ ਨਾ ਥੱਲੇ, ਜਿਹੜੇ ਚਾਚੇ ਬਾਬੇ ਯਾਰ ਦੋਸਤ ਵੇਖਦੇ ਨੇ ਉਹਨਾਂ ਕਰਨਾ ਹੈ ਜੀ ਜੀ, ਠੀਕ ਹੈ ਨਾ ਜੀ। ਤੇ ਮਾਸ਼ਾਅੱਲਾ ਤੁਹਾਨੂੰ ਵੀ ਪਤਾ, 2 ਵੀਡੀਓਜ਼ ਬਣਦੀਆਂ ਨੇ ਪਿਆ, ਜਾਨਵਰ ਸੇਲ ਹੁੰਦੇ ਨੇ ਪਏ, ਰੇਟ ਆਵਾਮ ਨੂੰ ਪਸੰਦ ਹੁੰਦੇ ਨੇ ਪਏ ਤੇ ਸੇਲ ਹੁੰਦੇ ਨੇ ਪਏ, ਕੀ ਹਾਲ ਹੈ ਜੋ ਰੇਟ? ਕਿਉਂਕਿ ਇੱਕ ਵੀਡੀਓ ਨਹੀਂ ਬਣਦੀ, ਇੱਕ ਦਿਨ 'ਚ ਕਿੰਨੀਆਂ ਵੀਡੀਓ ਬਣਦੀਆਂ ਨੇ ਤੇ ਹੋਰ ਵੀ ਕਾਫੀ ਦੋਸਤਾਂ ਦੀਆਂ ਬਣਦੀਆਂ। ਮਾਸ਼ਾਅੱਲਾ ਗਾਈਆਂ ਦਾ ਵੀ ਇਸ ਤਰ੍ਹਾਂ ਹੀ ਚਾੜ ਦਾ, ਮਈਆਂ ਦਾ ਵੀ ਮੈਂ ਕਿਹਾ ਪੁੱਤਰਾ ਮੇਰੇ ਆ ਰੇਟ ਜਾਇਜ਼ ਕਰ ਦੇ, ਦਬਾਲੇ ਕਰੇਗਾ ਮਜ਼ਾ ਭੇਜੀ ਭਾਰਤੀ ਬਿਲਕੁਲ ਮਾਸ਼ਾਅੱਲਾ ਜੀ, ਤੇ ਨਜ਼ਰੇ ਬਾਤ ਅੱਲਾਹ ਤਾਲਾ ਬਚਾਏ, ਨਜ਼ਰ ਵੀ ਸਾਨੂੰ ਲੱਗ ਜਾਂਦੀ ਹੈ ਬੜੀ, ਅੱਲਾਹ ਜ਼ਾਤ ਤੇ ਨਜ਼ਰੇ ਬਾਤ ਵੀ ਬਚਾਏ ਤੇ ਕੰਮ ਮਾਸ਼ਾਅੱਲਾ ਜੀ ਸੋਹਣਾ ਚੱਲਿਆ ਗਿਆ, ਪਹਿਲਵਾਨ ਚੀਜ਼ ਆ ਗਈ ਹੈ ਝੋਟੀ ਨੰਬਰ 3 ਜੀ ਭਾਈ ਬਲਾਲ। ਕਿੰਨਵਾ ਸੁਆਸ ਹੋਈ ਹੈ ਅਪਰਾਧ ਦਾ? ਦੂਸਰਾ ਸੁਆਸ, ਦੂਸਰਾ ਸੁਆਸ, ਸਹੀ ਤਸੱਲੀ ਕਰਾਓ ਨਾ ਜ਼ਰਾ, ਫੋਕਸ ਰੱਖਣਾ ਵੀਡੀਓ ਤੇ, ਦੂਸਰਾ ਸੁਆ? ਹਾਂਜੀ ਦੂਸਰਾ ਸੁਆ। ਓਏ ਦੋਸਤੋ ਚੈੱਕ ਕਰ ਲਓ ਮਾਸ਼ਾਅੱਲਾ ਜੀ, ਪੁੱਠਾ ਵੀ ਦੋਸਤਾਂ ਵੇਖਣਾ, ਲਿਬਾਸ ਮੈਂ ਚੈੱਕ ਕਰਾਉਣਾ, ਟੋਰੇ ਭਾਈ ਜਾਨ ਭਾਈ ਲਿਆ ਕੇ ਤੂੰ ਉੱਥੇ ਲਿਆ ਖਿਲਾਰ ਨਹੀਂ, ਦੂਸਰਾ ਸੂਆ ਸੂਈ ਹੈ, ਦਿਨ ਕਿੰਨੇ ਕੁ ਹੋ ਗਏ ਨੇ? ਇਨਫਰਾਜ਼ ਦੇ ਤੀਸਰਾ, ਤੀਸਰਾ ਦਿਨ ਨੇ ਫਿਲਹਾਲ, ਬੋਲੇ ਤੇ ਸਿਹਤ ਦੋਸਤਾਂ ਵੇਖ ਲੈਣੀ ਹੈ, ਚੰਗੀ ਸਿਹਤਮੰਦ ਚੀਜ਼ ਹੈ,
ਦੂਸਰਾ ਸੂਆ ਸੂਈ ਹੈ ਪਿੱਛੇ ਜਾ ਕੱਟਾ ਐ ਚੈੱਕ ਕਰੋ ਜੀ ਪਿੱਛੇ ਦੇ ਕੱਟਾ ਕੱਟਾ ਵੀ ਦੋਸਤਾਂ ਵੇਖ ਲੈਣਾ ਬਿੱਲੀਆਂ ਖਾ ਮਾਸ਼ਾਅੱਲਾ ਜੀ ਝੋਟੀ ਦਾ ਵੀ ਚਿਹਰਾ ਮੈਂ ਚੈੱਕ ਕਰਾ ਦਿੰਦਾ ਸਿੰਘ ਵੀ ਦੋਸਤਾਂ ਵੇਖ ਲੈਣੇ ਥਣ ਚੈੱਕ ਕਰਨੇ ਨੇ ਕਿੰਨਾ ਬੋਲਾ ਦਿੰਦੀ ਹੈ ਭਾਈ ਤੋਰੇ ਭਾਈ ਜੀ ਇਸ ਟਾਈਮ ਕੋਲ ਬੋਲਾ ਜਾਵਾਂਗੇ 15 ਕੁ ਲੀਟਰ 15 ਕੁ ਲੀਟਰ ਟੋਟਲ ਬੱਚੇ ਸਮੇਤ ਹੀ ਹਾਂਜੀ ਲੋਏ ਦੋਸਤੋ ਥਾਣੇ ਤੇ ਵੇਖ ਲੈਣੇ ਨੇ ਦੋਵਾਂ ਟਾਈਮਾਂ ਦਾ 15 ਕੁ ਲੀਟਰ ਬੱਚੇ ਸਮੇਤ ਧੁਨੀ ਦਾ ਵੀ ਨਿਸ਼ਾਨ ਹੀ ਹੈ ਝੋਟੀ ਨੰਬਰ 3 ਚੰਗੀ ਸਿਹਤਮੰਦ ਚੀਜ਼ ਹੈ ਜੀ ਲਿਬਾਸ ਦੋਸਤਾਂ ਫਿਰ ਚੈੱਕ ਕਰਨਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਲੋਏ ਦੋਸਤੋ 15 ਕੁ ਲੀਟਰ ਬੋਲਿਆ ਦੋਵਾਂ ਟਾਈਮਾਂ ਦਾ ਟੋਟਲ ਕੱਟੇ ਸਮੇਤ ਪਿੱਛੇ ਤੇ ਕੱਟਿਆ ਜੀ ਭਾਈ ਬਿਲਾਲ ਝੋਟੀ ਨੰਬਰ 3 ਦਾ ਰੇਟ ਇਹਦਾ ਵੀ ਰੇਟ ਬਿਲਕੁਲ ਜਾਇਜ਼ ਜਿਹਾ ਕਰਨਾ 3,05,000 ਰੁਪਏ ਝੋਟੀ 3 ਲੱਖ ਤੇ 5,000 ਅੱਗੇ ਆ ਗਿਆ ਹੁਕਮ ਨਾਲ ਝੋਟੀ ਟੈਨਸ਼ਨਾਂ ਸੁੱਟ ਕੇ 18 ਵੀ ਕਿਲੋ ਦੁੱਧ ਕਰੇ ਇਨਸ਼ਾਅੱਲਾ ਅੱਗੇ ਆ ਗਈ ਜੀ ਵੱਡੀ ਜਸਾਮਤ ਵਾਲਾ ਜਾਨਵਰ ਹੈ ਮਾਸ਼ਾਅੱਲਾ ਜੀ ਲਾਮ ਵੀ ਦੋਸਤਾਂ ਵੇਖਣੀ ਹੈ ਇਹਦਾ ਨਾਮ ਨਾ ਪਾਇਆ ਟੂਵਲ 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 ਭਾਈ ਦੁੱਧ ਜ਼ਿਆਦਾ ਦਿੰਦੀ ਹੈ ਦੁੱਧ ਦੀ ਨਹਿਰ ਕਹਿ ਲਓ ਟੂਵਲ ਕਹਿ ਲਓ ਨੰਬਰ 4 ਤੇ ਚੈੱਕ ਕਰਾਨੇ ਆ ਪਿਆ ਸੂਆ ਕਿਨਵਾ ਜ਼ਬਰਦਸਤ ਜੀ ਭਾਈ ਬਿਲਾਲ ਝੋਟੀ ਨੰਬਰ 4 ਦਾ ਰੇਟ ਐਜੀਆਂ ਫਰਾਜ਼ ਦਾ ਮਾਰਕੀਟ 'ਚ 4-4 ਤੇ 5-5 ਲੱਖ ਦੀਆਂ ਪਰ ਭਰਾਵਾਂ ਨਾਲ ਵਾਅਦਾ ਕੀਤਾ ਰੇਟ ਜਾਇਜ਼ ਕਰਨਾ ਕਿਸੇ ਭਰਾ ਨੂੰ ਚੰਗੀ ਲੱਗੇ 3,25,000 ਦੀ ਝੋਟੀ ਦਾ 3,25,000 ਲੋਏ ਦੋਸਤੋ ਵੱਡਾ ਜਾਨਵਰ ਕੀਮਤ ਡਿਮਾਂਡ 3,25,000 ਨੰਬਰ 4 ਤੇ ਚੈੱਕ ਕਰਾਈ ਅੱਗੇ ਆ ਗਈ ਜੀ ਝੋਟੀ ਨੰਬਰ 5 ਤੇ ਥਣ ਦੋਸਤਾਂ ਵੇਖ ਲੈਣੇ ਨੇ ਸਾਰੇ ਜਾਨਵਰਾਂ ਦੇ ਪਾਵਰਫੁਲ ਸੋਹਣੇ ਥਣ ਹੁੰਦੇ ਅੱਗੇ ਆ ਗਏ ਜੀ ਮਾਸ਼ਾਅੱਲਾ ਫਰਾਜ਼ ਦੇ ਕੱਟੀ ਹੈ ਮਾਸ਼ਾਅੱਲਾ ਜੀ ਟੋਰੇ ਭਾਈ ਲਿਆ ਕੇ ਤੈਨ ਝੋਟੀ ਨੰਬਰ 5 ਕਿੰਨਾ ਸੂਆ ਦਾ ਝੋਟੀ ਦੀ ਕੱਦ ਲਾਮ ਮਾਸ਼ਾਅੱਲਾ ਲੋਏ ਦੋਸਤੋ ਟੋਰੇ ਭਾਈ ਲਿਆ ਕੇ ਤੈਨ ਚੱਕਰ ਲਵਾ ਕੇ ਲਿਆਓ ਦੂਸਰਾ ਸੂਆ ਸੂਈ ਹੈ ਨੰਬਰ 5 ਤੇ ਚੈੱਕ ਕਰਾਨੇ ਆ ਪੇ ਥਣ ਦੋਸਤਾਂ ਵੇਖ ਲੈਣੇ ਨੇ ਐ ਚੈੱਕ ਕਰੋ ਜੀ ਦਿਨ ਕਿੰਨੇ ਕੋ ਗਏ ਨੇ ਦਿਨ ਫਰਾਲ ਤੇ ਇਹਨਾਂ ਵਾਰੀ ਕੋਈ 4-5 ਲਾ ਰਹੇ ਭਾਈ ਜਾਨ ਚਾਰ ਇਹ ਝੋਟੀ ਨੰਬਰ 5 ਹੈ ਜੀ ਨੰਬਰ ਵੀ ਯਾਦ ਰੱਖਣਾ ਜਾਨਵਰ ਜ਼ਿਆਦਾ ਨੇ ਗਲਤੀ ਨਾ ਲੱਗੇ ਪਿੱਛੇ ਦੇ ਕੱਟੀ ਹੈ ਲੋਏ ਦੋਸਤੋ ਚੈੱਕ ਕਰੋ ਜੀ ਕੱਟੀ ਵੀ ਦੋਸਤਾਂ ਵੇਖ ਲੈਣੀ ਹੈ ਝੋਟੀ ਨੰਬਰ 5 ਤੇ ਥਣ ਮੈਂ ਦੋਸਤਾਂ ਨੂੰ ਚੈੱਕ ਕਰਾਨਾ 4-5 ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ ਕਿੰਨਾ ਬੋਲਿਆ ਇਹਦੇ ਕੋਲ ਫਰਾਜ਼ ਦੇ ਇਸ ਟਾਈਮ ਕੋਈ 14-15 ਕਿਲੋ ਝੋਟੀ ਕੋ ਬੋਲਿਆ 14-15 ਕਿਲੋ ਲੋਏ ਦੋਸਤੋ ਸਾਨੂੰ ਤੇ ਵੇਖ ਲੈਣੇ ਨੇ ਝੋਟੀ ਦਾ ਮਾਸ਼ਾਅੱਲਾ ਕੱਦ ਤੇ ਚੰਗੀ ਲਾਮ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗ ਸੇਮ ਲਾਮ ਵੀ ਸੋਹਣੀ ਹਾਈਟ ਚੰਗੀ ਲੱਗੀ ਹੈ ਝੋਟੀ ਨੰਬਰ 5 ਸਾਨੂੰ ਵੀ ਮਾਸ਼ਾਅੱਲਾ ਬੜਾ ਪਾਵਰ ਠੀਕ ਹੈ 14-15 ਕਿਲੋ ਬੋਲਿਆ ਪਿੱਛੇ ਦੇ ਕੱਟੀ ਦੂਸਰਾ ਸੂਆ ਸੂਈ ਹੈ 4-5 ਦਿਨ ਹੋ ਗਏ ਨੇ ਲੋਏ ਦੋਸਤੋ ਤਾਣੇ ਤੇ ਫਿਰ ਵੇਖ ਲਓ ਮਾਸ਼ਾਅੱਲਾ ਪਾਵਰਫੁੱਲ ਲੱਗੇ
ਝੋਟੀ ਨੰਬਰ 5 ਦਾ ਰੇਟ ਇਹਦਾ ਵੀ ਰੇਟ ਬਿਲਕੁਲ ਜਾਇਜ਼ 2,80,000 ਨੰਬਰ 5 ਤੇ ਚੈੱਕ ਕਰਾਈ ਕੀਮਤ ਡਿਮਾਂਡ 2,80,000 ਵਿੱਚ ਵੀ ਪਿਆਰ ਮੁਹੱਬਤ ਹੋਏਗਾ ਮੈਂ ਯਕੀਨ ਕਰੋ ਕਿ ਉਹਨੇ ਆਖਿਆ ਧੂੜਾਂ ਧੁੰਮਣੀਆਂ ਚਾਹੀਦੀਆਂ ਨੇ ਬਾਅਦ ਛੱਡ ਕਮਾਈ ਥੋੜ੍ਹੀ ਜਿਹੀ ਬਹੁਤੀ ਕੋਈ ਬੰਦਾ ਫੌਜੀ ਨੇ ਕੋਈ ਛੁੱਟੀ ਆ ਤੇ ਅੱਬੇ ਨੇ ਆਖਿਆ ਪੁੱਤਰਾ ਕੋਈ ਪੈਸੇ ਦੇ ਲੁਕਾ ਦੁਕਾਨ ਦੁਕਾਨਾਂ ਵਾਲੇ ਦਈਏ ਉਹਨੇ ਕਿਹਾ ਉਹਨੇ ਤੌਲੀਆ ਰੱਖਿਆ ਸੀ ਮੁੰਡੇ ਦੇ ਉਹਨੇ ਕਿਹਾ ਅੱਬਾ ਤੂੰ ਮੇਰੇ ਟੋਰ ਵੇ ਪੈਸਿਆਂ ਨੂੰ ਛੱਡ ਪਰ ਮੇਰੇ ਤੁਸੀਂ ਟੋਰ ਵੇ ਕੋਈ ਛੱਡੋ ਕਮਾਈ ਥੋੜ੍ਹੀ ਕਿਤੇ ਬਹੁਤੀਗਾ ਕੀ ਕਰ ਗੱਲ ਜਵਰਾਸਾ ਵੇਖੋ ਤੁਸੀਂ ਵੀਡੀਓ ਬਣਾਉਂਦੇ ਹੋ ਸਾਰੇ ਮੈਂ ਕਿਸੇ ਦੀ ਕਦੀ ਕੋਈ ਲਗਦੀ ਗੱਲ ਜਿਹੜਾ ਕਿਸੇ ਦੀ ਕਰਦਾ ਉਹਦੀ ਗੱਲਾਂ ਤਾਂ ਨਾਰਾਜ਼ ਹੋ ਜਾਂਦਾ ਗਾਈਆਂ ਦੀਆਂ ਧੂੜਾਂ ਧਮਾਈਆਂ ਮਹੀਆਂ ਦੇ ਮੇਰੇ ਬਰਖੋਦਾਰ ਨੇ ਧੂੜਾਂ ਵੇਖੋ ਬਾ ਕਮਾਈ ਨੂੰ ਛੱਡੋ ਥੋੜੀ ਕਿਤੇ ਜ਼ਬਰਦਸਤ ਅੱਗੇ ਆ ਗਈ ਜੀ ਝੋਟੀ ਨੰਬਰ 6 ਕਿੰਨਵਾ ਸੂ ਇਹਦਾ ਖਾਣ ਵਾਲੀਆਂ ਦੂਸਰਾ ਕੋਈ ਮੈਂ ਮੇਰੀ ਥੜੀਆਂ ਵਾਲੀ ਨਹੀਂ ਪਿੱਛੇ ਦੇ ਕੀ ਹੈ ਕੱਟੀ ਕੱਟਾ ਫਰਾਦ ਕੱਟਾ ਖਲਾਰੇ ਬਾਈ ਦੋਏ ਦੋਸਤਾਂ ਚੈੱਕ ਕਰ ਲਓ ਜੀ ਨੰਬਰ 6 ਤੇ ਚੈੱਕ ਕਰਾਨੇ ਆ ਤੇ ਪਿੱਛੇ ਦੇ ਕੱਟਾ ਕੱਟਾ ਵੀ ਦੋਸਤਾਂ ਵੇਖ ਲੈਣਾ ਚਿਹਰਾ ਦੋਸਤਾਂ ਨੂੰ ਮੈਂ ਚੈੱਕ ਕਰਾਨਾ ਆ ਚੈੱਕ ਕਰ ਠੀਕ ਹੈ ਦੂਸਰਾ ਸੂਆ ਦਿਨ ਕਿੰਨੇ ਕੋ ਹੋ ਗਏ ਨੇ ਦਿਨ ਫਰਾਦ ਦੇ ਇੱਕ 4-5 ਹੋ ਗਏ ਨੇ 5 ਕਿ ਦਿਨ ਹੋ ਗਏ ਨੇ ਦੂਸਰਾ ਸੂਆ ਸੋਈ ਲਓ ਦੋਸਤਾਂ ਮੁਕੰਮਲ ਨਜ਼ਾਰਾ ਕਰਨਾ ਝੋਟੀ ਨੰਬਰ 6 ਇੱਧਰ ਮਾਰੋ ਹੱਸੀਆਂ ਆਈਆਂ ਮੈਂਬਰ ਸਾਹਿਬ ਵੀ ਆ ਗਏ ਹੱਸੀਆਂ ਆਈਆਂ ਦੁਖੀ ਆਏ ਨੇ ਦੁਖੀ ਭਈਆ ਮੇਰੇ ਮਾਲਕਾ ਇਹਨੂੰ ਵੀ ਸੋਖ ਦੇ ਐਂਡ ਤੇ ਇਨਸ਼ਾਅੱਲਾ ਜੀ ਅੱਗੇ ਆ ਗਈ ਹੈ ਜੀ ਝੋਟੀ ਨੰਬਰ 6 ਇਹ 5 ਕੁ ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ ਪਿੱਛੇ ਦੇ ਕੱਟਾ ਤੇ ਕਿੰਨਾ ਬੋਲਾ ਦਿੰਦੀ ਹੈ ਬਈ ਫਰਾਜ਼ ਬਈ ਇਸ ਟਾਈਮ ਬੋਲਾ ਝੋਟੀ ਕੋ ਹੈ 13 ਕਿਲੋ 13 ਕਿਲੋ ਟੋਟਲ ਇਹ ਯਾਨੀ ਦੋਹਾਂ ਟਾਈਮਾਂ ਦਾ ਬੱਚੇ ਸਮੇਤ ਹੀ ਹਾਂਜੀ ਲੋਏ ਦੋਸਤੋ ਤੁਹਾਨੂੰ ਵੀ ਤੇ ਵੇਖ ਲੈਣੇ ਨੇ ਬਾਈ ਬਲਾਲ ਚੈੱਕ ਕਰਾਉਂ ਜ਼ਰਾ ਤੁਹਾਨੂੰ ਸਹੀ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਦੂਸਰਾ ਸੂਆ ਜੀ ਭਾਈ ਬਿਲਾਲ ਝੋਟੀ ਨੰਬਰ 6 ਦਾ ਰੇਟ ਫਰਾਜ਼ ਬਈ ਕਿਸੇ ਭਰਾ ਨੂੰ ਚੰਗੀ ਲੱਗੇ 2,85,000 ਦੀ ਜੋੜੀ 2,85,000 ਪਿੱਛੇ ਦੇ ਹੁਕਮ ਨਾਲ ਮੈਂ 15-16 ਕਿਲੋ ਨਹੀਂ ਲੈਣਾ ਤੇ ਬਿਲਕੁਲ ਸੱਜਣੀਆਂ ਸੂਈਆਂ ਨੇ ਲੋ ਜੀ ਦੋਸਤੋ ਨੰਬਰ 6 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,85,000 ਅੱਗੇ ਆ ਗਈ ਹੈ ਜੀ ਗੱਬਾ ਨੇ ਹਾਂਜੀ ਨੰਬਰ 7 ਆ ਗਈ ਕਿੰਨਾ ਸੂਆ ਇਹਦਾ ਭਾਈ ਬਿਲਾਲ ਫਰਾਜ਼ ਬਈ ਇਹ ਝੋਟੀ ਨੇ ਤੀਸਰਾ ਸੂਆ ਸੁਣਾ ਮੈਂ ਤੀਸਰਾ ਨੰਬਰ ਆਹ ਚੈੱਕ ਕਰੋ ਜੀ ਸੇ ਦੋਸਤਾਂ ਵੇਖ ਲੈਣੀ ਹੈ ਨੰਬਰ 7 ਤੇ ਚੈੱਕ ਕਰਾਨੇ ਆ ਪੇ ਤੀਸਰਾ ਸੂਆ ਨੇ ਸੁਣਾ ਲੋ ਜੀ ਦੋਸਤੋ ਮੁਕੰਮਲ ਨਜ਼ਾਰਾ ਕਰ ਦਿਨ ਕਿੰਨੇ ਕੁ ਲੈਂਦੀ ਹੈ ਬਈ ਦਿਨ ਫਰਾਜ਼ ਬਈ 8 ਕੁ ਲੈਂਦੀ ਹੈ 8 ਕੁ ਦਿਨ ਲੈਂਦੀ ਵੀ ਜਿਹੜੇ ਦਿਨ ਦੱਸੀ ਦੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਇਹ ਨੰਬਰ 7 ਤੇ ਚੈੱਕ ਕਰਾਨੇ ਆ ਪੇ ਤੀਸਰਾ ਸੂਆ ਸੁਣਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਟੋਰ ਚੈੱਕ ਕਰਨੀ ਮਸ ਆਹ ਚੈੱਕ ਕਰੋ ਜੀ ਖਲਾਰ ਬਈ ਲਿਆਕਤ ਜੀ ਭਾਈ ਬਿਲਾਲ ਇਹ ਨੰਬਰ 47 ਦਾ ਰੇਟ ਬਿਲਕੁਲ 2,65,000 ਦੀ ਜੋੜੀ 2,65,000 ਲੋ ਦੋਸਤੋ ਨੰਬਰ 7 ਚੈੱਕ ਕਰਾਈਏ ਗੱਬਣ ਕੀਮਤ ਡਿਮਾਂਡ 2,65,000 ਲੋ ਜੀ ਦੋਸਤੋ ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 8 ਬਿਲਾਲ ਭਾਈ ਇਹ ਵੀ ਗੱਬਣ ਨੇ ਠੀਕ ਹੈ ਅੱਖਾਂ ਤੇ ਇਹਦੀਆਂ ਇੰਜ ਨੇ ਜਿਵੇਂ ਬਲਬ ਬਲਦੇ ਨੇ ਪਏ ਭਾਈ ਲਿਆ ਕੇ ਚੈੱਕ ਕਰਾਓ ਕਿਉਂ ਨਹੀਂ ਚੈੱਕ ਕਰਾਂਦੇ ਪਏ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਬਿੱਲੀਆਂ ਅੱਖਾਂ ਮਾਸ਼ਾਅੱਲਾ ਜੀ ਦੋਵਾਂ ਅੱਖਾਂ ਦੇ ਰੰਗਤ ਸੇਮ ਹੈ ਨੰਬਰ 8 ਦੇ ਚੱਕਰਾਂ ਨੇ ਆਪੇ ਲਾਮ ਹੀ ਦੋਸਤਾਂ ਵੇਖ ਲੈਣੀ ਹੈ ਪਾਵਰਫੁਲ ਥਣ ਲੱਗੇ ਨੇ ਮਾਸ਼ਾਅੱਲਾ ਜੀ ਸੂਬੇਦਾਰ ਸਾਹਿਬ ਦਾ ਅੱਗੇ ਵੀ ਐਲਾਨ ਸੀ ਕਿ ਚਾਹੇ ਗਾਵਾਂ ਹੋਣ ਚਾਹੇ ਮੱਝਾਂ ਹੋਣ ਥਣ ਇਨਸ਼ਾਅੱਲਾ ਚੰਗੇ ਹੁੰਦੇ ਲਿਬਾਸ ਦੋਸਤਾਂ ਵੇਖ ਲੈਣਾ ਪੁੱਠਾ ਦੋਸਤਾਂ ਵੇਖਣਾ ਮੂੰਹ ਦੀ ਕੀ ਕਹਿੰਦੇ ਹੋ ਪੇ ਰਾਜੇ ਮੂੰਹ ਦੀ ਪੂੜੀ ਹੈ ਜਵਾਨ ਹੈ ਦੂਸਰਾ ਸੂਆ ਸੋਹਣਾ ਦਿਨ ਕਿੰਨੇ ਕੁ ਲੈਂਦੀ ਹੈ ਬੇਨ ਫਰਾਜ਼ ਦਾ ਇੱਕ 9-10 ਲੈਂਦੀ ਹੈ 9-10 ਦਿਨ ਲੈਂਦੀ ਹੈ ਬਈ ਲੋਏ ਦੋਸਤੋ ਮੁਕੰਮਲ ਨਜ਼ਾਰਾ ਕਰ ਲੈਣਾ ਭਾਈ ਲਿਆ ਕੇ ਲੱਤ ਪਿੱਛੇ ਕਰਾਓ ਜਾਂ ਅੱਗੇ ਕਰਾਓ ਥਾਣਵਾ ਜ਼ਰਾ ਸਾਈਡ ਤੋਂ ਚੈੱਕ ਕਰਾਉਣੇ ਲੋਏ ਦੋਸਤੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਥਾਨ ਦੋਸਤਾਂ ਵੇਖ ਲੈਣੇ ਨੇ ਦਿਨ ਦੱਸੇ ਜੇ 8-9 ਹਾਂਜੀ ਠੀਕ ਹੈ ਮੂੰਹ ਦੀ ਜਵਾਨ ਹੈ ਦੂਸਰਾ ਸੂਆ ਸੋਹਣਾ ਝੋਟੀ ਨੰਬਰ ਹੈ ਜੀ
ਅੱਠ ਗੱਬਨ ਝੋਟੀ ਹੈ ਤੂੰ ਨੀ ਤੇ ਕੋਲੀ ਵੀ ਦੋਸਤਾਂ ਵੇਖ ਲੈਣੀ ਹੈ ਬਿੱਲੀਆਂ ਅੱਖਾਂ ਮਾਸ਼ਾਅੱਲਾ ਲਾਮ ਦੋਸਤਾਂ ਚੈੱਕ ਕਰਨੀ ਟੋਰੇ ਭਾਈ ਜਾਨ ਲੋਏ ਦੋਸਤੋ ਝੋਟੀ ਨੰਬਰ 8 ਸੀ ਗੱਬਨ ਝੋਟੀ ਹੈ ਠੀਕ ਮੁਕੰਮਲ ਨਜ਼ਾਰਾ ਕਰਨਾ ਆਹ ਚੈੱਕ ਕਰੋ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਤੇ ਲਿਬਾਸ ਮੈਂ ਦੋਸਤਾਂ ਨੂੰ ਫਿਰ ਚੈੱਕ ਕਰਾ ਦੇਣਾ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਠੀਕ ਹੈ ਜੀ ਭਾਈ ਬਿਲਾਲ ਝੋਟੀ ਨੰਬਰ 8 ਦਾ ਰੇਟ ਦੋ ਲੱਖ ਨੱਬੇ ਹਜ਼ਾਰ ਦਰਿਆ ਦੇ ਕੰਢੇ ਠੀਕ ਲੋ ਦੋਸਤੋ ਝੋਟੀ ਨੰਬਰ 8 ਦੀ ਕੀਮਤ ਡਿਮਾਂਡ 2,90,000 ਗਿਆ ਜੀ 2,90,000 ਅੱਗੇ ਆ ਗਈ ਹੈ ਜੀ ਝੋਟੀ ਨੰਬਰ 9 ਸੂਈ ਹੈ ਕਿਦਾਂ ਦੀ ਸੂਈ ਹੈ ਭਾਈ ਬਿਲਾਲ ਰਾਤ ਭਾਈ ਯਾਰ ਰਾਤ ਦੀ ਸੂਈ ਹੈ ਝੋਟੀ ਰਾਤ ਦੀ ਤਾਜ਼ੀ ਸੂਈ ਹੈ ਪਿੱਛੇ ਜਾ ਕੀ ਕੱਟੀ ਹੈ ਪਿੱਛੇ ਭਾਈ ਜੀ ਚੈੱਕ ਕਰਾ ਲਓ ਜਾ ਪਹਿਲੇ ਓਏ ਹਾਂ ਜ਼ਰਾ ਸਾਈਡ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਹੈ ਝੋਟੀ ਨੰਬਰ 9 ਰਾਤ ਦੀ ਸੂਈ ਹੈ ਤੇ ਕਿੰਨੀਆਂ ਦੀਆਂ ਚੁਆਈਆਂ ਹੋਈਆਂ ਨੇ ਇਹਦੀਆਂ ਫਰਾਜ਼ ਭਾਈ ਹਲੇ ਇੱਕ ਰਾਤੀ ਹੋਈ ਦੇਖ ਸਕਦਾ ਕੀ ਤੋਰੇ ਭਾਈ ਜਾਨ ਕਿੰਨਾ ਕੁ ਬੋਲਾ ਕੱਢਿਆ ਬੋਲਾ ਹੈ ਫਰਾਜ਼ ਕੋਈ 13 ਤੋਂ 14 ਕਿਲੋ ਝੋਟੀ ਦੇ ਦੋ ਟਾਈਮਾਂ ਦਾ ਹਾਂਜੀ ਪਹਿਲੀ ਜੀ ਜ਼ਿਆਦਾ ਹੋਣਾ ਹਾਂਜੀ ਪਹਿਲੀ ਜ਼ਿਆਦਾ ਦੂਜੀ ਜ਼ਰਾ ਕਾਫੀ ਲੋਏ ਦੋਸਤੋ ਦੋ ਇਹਦੀਆਂ ਚੁਆਈਆਂ ਹੋਈਆਂ ਨੇ ਤਾਜ਼ੀ ਸੂਈ ਹੈ ਸੂਆ ਕਿਨਵੇਂ ਫਰਾਜ਼ ਭਾਈ ਦਾ ਦੂਸਰਾ ਸੂਆ ਹੈ ਝੋਟੀ ਨੰਬਰ 9 ਹੈ ਜੀ ਦੂਸਰਾ ਸੂਆ ਸੂਈ ਹੈ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਐ ਚੈੱਕ ਕਰੋ ਮਾਸ਼ਾਅੱਲਾ ਜੀ ਦੋ ਦੀਆਂ ਚੁਆਈਆਂ ਹੋਈਆਂ ਨੇ ਠੀਕ ਭਾਈ ਅਮਜਦ ਲੈ ਆਵੋ ਜੀ ਲੋਏ ਦੋਸਤੋ ਕੰਮਲ ਨਜ਼ਾਰਾ ਕਰ ਲੈਣਾ ਤਾਜ਼ੀ ਸੂਈ ਹੈ ਤੁਹਾਨੂੰ ਵੀ ਦੋਸਤਾਂ ਦੇ ਸਾਹਮਣੇ ਨੇ ਮਾਸ਼ਾਅੱਲਾ ਸੋਹਣੀ ਝੋਟੀ ਠੀਕ ਹੈ ਚਿਹਰਾ ਵੀ ਦੋਸਤਾਂ ਵੇਖ ਲੈਣਾ ਕਾਲੀਆਂ ਅੱਖਾਂ ਨੇ ਟੋਰੋ ਭਾਈ ਜਾ ਚੁੱਕ ਲਵੋ ਕੁਛ ਨਹੀਂ ਹੁੰਦਾ ਪਾ ਕੀ ਇਹ ਚੀਜ਼ ਇਹਦਾ ਰੇਟ ਫਰਾਜ਼ ਭਾਈ ਪਹਿਲਾਂ ਹੀ ਭਰਾਉਣ ਦਾ ਸੀ 2,50,000 ਦਾ ਪੈਕ ਹੈ ਜੀ 2,50,000 ਨੰਬਰ 9 ਤੇ ਚੈੱਕ ਕਰਾਨੇ ਆ ਪਿੱਛੇ ਤੇ ਕੱਟੀ ਸੀ ਹਾਂਜੀ ਕੱਟੀ ਹੈ ਫਰਾਜ਼ ਕੱਟੀ ਐ ਚੈੱਕ ਕਰੋ ਜੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਹੈ ਟੋਰੋ ਭਾਈ ਲਿਆਕਤ ਪਲੀਜ਼ ਕੀਮਤ ਅੱਜ ਸਭ ਤੋਂ ਘੱਟ ਕੀਮਤ ਦੀ ਇਹ ਦੂਸਰਾ ਸੂਆ ਸੂਈ ਹੈ ਰਾਤ ਦੀ ਸੂਈ ਹੈ ਝੋਟੀ ਨੰਬਰ 9 ਕੀਮਤ ਡਿਮਾਂਡ 2,50,000 ਲਿਬਾਸ ਦੋਸਤਾਂ ਫਿਰ ਵੇਖ ਲੈਣਾ ਪੁੱਠਾ ਵੀ ਚੈੱਕ ਕਰਨਾ ਜੀ ਅੱਗੋਂ ਭਾਈ ਲਿਆਕਤ ਲਿਆਓ ਜੀ ਨੰਬਰ 10 ਵਾਲੀ ਹਲੇ ਫਰਾਜ਼ ਭਾਈ ਸੱਜੀ ਸੂਈ ਹੈ ਝੋਟੀ ਮਾਸ਼ਾਅੱਲਾ ਚੰਗਾ 2,50,000 ਰੁਪਇਆ ਕਹੀ ਲਾ ਰਿਹਾ ਠੀਕ ਅੱਗੇ ਲਿਆਓ ਜੀ ਨੰਬਰ 10 ਵਾਲੀ ਅਭੀ ਸੂਈ ਅੱਗੇ ਆ ਗਈ ਹੈ ਜੀ ਝੋਟੀ ਨੰਬਰ 10 ਨੰਬਰ 9 ਵਾਲੀ ਜਿਹਦਾ ਰੇਟ ਲਾਇਆ 2,50,000 ਅੱਗੇ ਆ ਗਈ ਝੋਟੀ ਨੰਬਰ 10 ਪਿਆਰੇ ਭਾਈ ਜਾ ਅੱਗੇ ਕਰੋ ਭਾਈ ਲਿਆ ਕੇ ਜਾ ਅੱਗੇ ਕਰ ਲੈਣੀ ਝੋਟੀ ਨੰਬਰ 10 ਪਿੱਛੇ ਜਾ ਕੀ ਇਹਦੇ ਲੈ ਰਹੇ ਭਾਈ ਪਿੱਛੇ ਵੀ ਚੰਗਾ ਲੱਗਾ ਪਾਵਰ ਭਾਈ ਲਿਆ ਕੇ ਲਿਆਓ ਜੀ ਟੋਰੋ ਝੋਟੀ ਨੰਬਰ 10 ਪਿੱਛੇ ਦੇ ਕੱਟਾ ਦੂਸਰਾ ਸੂਆ ਸੂਈ ਹੈ ਦਿਨ ਕਿੰਨੇ ਹੋ ਗਏ ਨੇ ਦਿਨ ਫਰਾਜ਼ ਭਾਈ ਕੋਈ 6 ਹੋ ਗਏ ਨੇ 6 ਕੇ ਦਿਨ ਹੋ ਗਏ ਨੇ ਦੁੱਧ ਕਿੰਨਾ ਦੇ ਰਹੀ ਹੈ ਦੁੱਧ ਇਸ ਟਾਈਮ ਤੇ ਕੋਈ 13 ਦੇ ਹੋ ਗਏ ਲੋਏ ਦੋਸਤੋ 6 ਕੇ ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ 13 ਕਿਲੋ ਦੁੱਧ ਹੈ ਜੀ ਪਿੱਛੇ ਦੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤਾ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਟੋਰ ਵੀ ਦੋਸਤਾਂ ਵੇਖਣੀ ਹੈ ਝੋਟੀ ਨੰਬਰ ਹੈ ਜੀ 10 ਚੰਗੀ ਮਾਸ਼ਾਅੱਲਾ ਸਾਨ ਝੋਟੀ ਠੀਕ ਹੈ ਜੀ ਭਾਈ ਬਿਲਾਲ ਝੋਟੀ ਨੰਬਰ 10 ਦਾ ਰੇਟ ਇਹਦਾ ਵੀ ਰੇਟ ਬਿਲਕੁਲ ਜਾਇਜ਼ ਆ ਕਰਨਾ ਭਰਾ ਨੀਲੀ ਦੇ ਬਟਨ ਵੀ ਜੇ ਝੋਟੀ ਨੂੰ ਤਾਂ ਆਹ ਚੈੱਕ ਕਰੋ ਬਟਨ ਵੀ ਦੋਸਤਾਂ ਵੇਖ ਲੈਣੇ ਠੀਕ ਹੈ ਜੀ ਭਾਈ ਬਿਲਾਲ ਝੋਟੀ ਨੰਬਰ 10 ਦਾ ਰੇਟ ਭਾਈ 2,70,000 2,70,000 ਨੰਬਰ 10 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,70,000 ਸੂਬੇਦਾਰ ਸਾਹਿਬ ਵੇਖਿਓ ਨੰਬਰ ਸਹੀ ਬੋਲਿਆ ਅੱਗੇ ਆ ਗਈ ਹੈ ਜੀ ਨੰਬਰ 11 ਤੇ ਆ ਗਈ ਹੈ ਮਾਸ਼ਾਅੱਲਾ ਸਿਹਤ ਦੋਸਤਾਂ ਵੇਖ ਲੈਣੀ ਹੈ ਜ਼ਿਆਦਾ ਸੂਈਆਂ ਨੇ ਕੋਈ ਇੱਕ ਦੋ ਹੀ ਗੱਬਣ ਨੇ ਅਤੇ ਕਾਫੀ ਦੋਸਤਾਂ ਦੀ ਇਹ ਡਿਮਾਂਡ ਹੁੰਦੀ ਹੈ ਕਿ ਜਿਹੜੇ ਸੂਈਆਂ ਨੇ ਉਹ ਹੀ ਲੈਣੀਆਂ ਨੇ
ਅੱਗੇ ਆ ਗਈ ਹੈ ਝੋਟੀ ਨੰਬਰ 11। ਪੁੱਠਾ ਦੋਸਤਾਂ ਵੇਖਣਾ ਮਾਸ਼ਾਅੱਲਾ, ਚੰਗੀ ਸਿਹਤਮੰਦ ਹੈ। ਲਿਬਾਸ ਵੀ ਦੋਸਤਾਂ ਵੇਖ ਲੈਣਾ, ਕਿੰਨਵਾਂ ਸੂਆ ਭਾਈ ਬਲਾਲੇ ਦਾ? ਕਿੰਨੇ ਦਿਨ ਹੋ ਗਏ ਨੇ? ਦਿਨ ਹੋ ਗਏ ਨੇ ਕੋਈ 4। ਠੀਕ ਹੈ, ਤਾਜ਼ੀਆਂ ਸੂਈਆਂ ਕਿੰਨਾਂ ਚੋਂ? 5-6 ਦਿਨਾਂ ਦੀਆਂ ਸੂਈਆਂ ਨੇ, 4 ਦਿਨ ਹੋ ਗਏ ਨੇ। ਝੋਟੀ ਨੰਬਰ 11 ਵਿੱਚ ਦੂਸਰਾ ਸੂਆ ਪਿੱਛੇ ਦੇ ਕੱਟਿਆ ਖਿਲਾ ਰਿਹਾ ਭਾਈ ਜਾਨ, ਇਹ ਚੈੱਕ ਕਰੋ ਜੀ। ਕੱਟਾ ਵੀ ਦੋਸਤਾਂ ਵੇਖ ਲੈਣਾ, ਕਿਹੜਾ ਦੋਸਤਾਂ ਵੇਖਣਾ? ਝੋਟੀ ਦਾ ਦੂਸਰਾ ਸੂਆ ਹੈ ਅਤੇ ਥਣ ਵੀ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ। ਇਹ ਚੈੱਕ ਕਰੋ ਜੀ, ਥਣ ਵੀ ਦੋਸਤਾਂ ਵੇਖ ਲੈਣੇ ਨੇ, ਧੁੰਨੀ ਐਵੇਂ ਨਾ ਹੁੰਦੇ ਬਰਾਬਰ ਨਿਸ਼ਾਨ ਹੀ। ਠੀਕ ਹੈ ਭਾਈ ਜਾਨ, ਟੋਰੋ ਜੀ ਟੋਰੋ। ਝੋਟੀ ਨੰਬਰ 11 ਪਿੱਛੇ ਦੇ ਕੱਟਾ ਦੂਸਰਾ ਸੂਆ ਸੂਈ ਹੈ, 4 ਦਿਨ ਹੋ ਗਏ ਨੇ। ਕਿੰਨਾ ਬੋਲਾ ਦਿੰਦੀ ਹੈ ਬਈ? ਦਿਨ ਫਰਾਜ ਦੇ ਬੋਲਾ ਇਸ ਟਾਈਮ ਕੋਈ 13-14 ਕਿਲੋ ਦੇ ਕੋਲ। 13-14 ਕਿਲੋ ਫਿਲਹਾਲ ਬੋਲੇ ਤੇ ਬੱਚੇ ਸਮੇਤ ਸਾਰਾ ਇਹ ਟੋਟਲ, ਯਾਨੀ ਬੱਚੇ ਸਮੇਤ। ਹਾਂਜੀ, ਪੁੱਠਾ ਦੋਸਤਾਂ ਫਿਰ ਵੇਖ ਲੈਣਾ ਪਿੱਛੇ ਬਣ ਛਾ। ਠੀਕ ਹੈ ਭਾਈ, ਲਿਆ ਕੇ ਜ਼ਰਾ ਫੋਕਸ ਕਰੋ, ਕੰਮ ਲੱਗੇ, ਜਾਨਵਰ ਚੈੱਕ ਕਰਾਈ ਆਓ ਜੀ ਭਾਈ ਬਿਲਾਲ। ਪੁੱਠਾ ਝੋਟੀ ਦੋਸਤੋ, ਥਣ ਫਿਰ ਵੇਖ ਲੈਣੇ ਨੇ ਜੀ ਭਾਈ ਬਿਲਾਲ। ਝੋਟੀ ਨੰਬਰ 11 ਦਾ ਰੇਟ 2,85,000 ਦੀ ਫਰਾਜ਼ ਦੇ ਝੋਟੀ 2,85,000। ਲੋਏ ਦੋਸਤੋ, ਝੋਟੀ ਨੰਬਰ 11 ਸੀ, ਕੀਮਤ ਡਿਮਾਂਡ 2,85,000। ਅੱਗੇ ਆ ਗਈ ਨੰਬਰ 12 ਤੇ, ਸੋਹਣੇ ਥਾਨੇ ਮਾਸ਼ਾਅੱਲਾ। ਪਹਿਲਾ ਸੂਆ ਇਹਦਾ ਕਿ ਦੂਸਰਾ? ਇਹ ਦੂਸਰਾ ਸੂਆ ਫਰਾਜ਼ ਦੂਸਰਾ। ਕਾਲੀਆਂ ਅੱਖਾਂ ਮਾਸ਼ਾਅੱਲਾ ਜੀ, ਦੋਵਾਂ ਅੱਖਾਂ ਦੀ ਰੰਗ ਸੇਮ, ਖੂਬਸੂਰਤੀ ਵੀ ਦੋਸਤਾਂ ਚੈੱਕ ਕਰਨੀ ਹੈ ਜੀ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਤੇ ਮੂੰਹ ਦੀ ਵੀ ਸੀਲ ਸ਼ਰੀਫ। ਲੋਏ ਦੋਸਤੋ, ਤੋਰੇ ਭਾਈ ਜਾਨ ਜਾ ਫੜ ਲਿਆ ਜਾ ਲੈ। ਝੋਟੀ ਨੰਬਰ 12 ਚੈੱਕ ਕਰੋ ਜੀ, ਪੁੱਠਾ ਦੋਸਤਾਂ ਵੇਖ ਲੈਣਾ, ਇਹ ਚੌੜਾ ਪੁੱਠਾ ਹੈ ਡੀ ਦੋਸਤਾਂ ਦੇ ਸਾਹਮਣੇ। ਇਹ ਚੈੱਕ ਕਰੋ ਜੀ, ਲਿਬਾਸ ਕਿੰਝ ਪਿਛਲੀ ਸਾਈਡ ਤੇ ਨਜ਼ਰ ਆਉਂਦਾ ਪਿਆ। ਦੂਸਰਾ ਸੂਆ ਸੂਈ ਹੈ, ਦਿਨ ਕਿੰਨੇ ਹੋ ਗਏ ਨੇ? ਦਿਨ ਫਰਾਜ਼ ਭਾਈ ਨੂੰ 3 ਹੋਏ, 3 ਕੁ ਦਿਨ ਹੋ ਗਏ ਨੇ ਫਿਲਹਾਲ ਬੋਲੇ ਤੇ। ਦੂਸਰਾ ਸੂਆ ਸੂਈ ਹੈ ਝੋਟੀ ਨੰਬਰ 12। ਟੋਰੇ ਭਾਈ ਜਾਨ ਟੋਰ ਵੇਖ ਲੈਣੀ ਦੋਸਤਾਂ ਨੇ, ਪਿੱਛੇ ਜਾ ਕੇ ਇਹਦੇ ਪਿੱਛੇ ਦੇ ਕੱਟਾ ਚੈੱਕ ਕਰਾਓ। ਸੋਹਣੀ ਮਾਸ਼ਾਅੱਲਾ ਜੀ, ਕਿੰਨਾ ਬੋਲਿਆ ਭਾਈ ਬਿਲਾਲ? 12-13 ਕਿਲੋ ਦੋਵਾਂ ਟਾਈਮਾਂ ਦਾ ਟੋਟਲ। ਸੋਹਣੀ ਝੋਟੀ ਚੈੱਕ ਕਰ ਲੋ ਮਾਸ਼ਾਅੱਲਾ, ਲਾ ਰਿਹਾ ਭਾਈ ਇੱਥੇ ਸਾਈਡ ਤੋਂ ਥਾਨੂੰ ਚੈੱਕ ਕਰਾ ਲਈ। ਥਾਨ ਦੋਸਤਾਂ ਵੇਖ ਲੈਣੇ ਨੇ। ਠੀਕ ਹੈ ਭਾਈ, ਕਰੋ ਭਾਈ ਲਿਆ ਕਰ ਜੀ ਭਾਈ ਬਿਲਾਲ। ਝੋਟੀ ਨੰਬਰ 12 ਦਾ ਰੇਟ ਹੈ ਜੀ ਫਰਾਜ਼ ਭਾਈ, ਝੋਟੀ ਮੁਲਾਣਾ ਹੀ ਲੱਖਦਰਿਆਂ ਲੱਗ ਗੱਬਣ ਨੰਬਰ 13 ਤੇ ਚੈੱਕ ਕਰਾਨੇ ਆ ਪੇ ਚੈੱਕ ਕਰੋ ਮਾਸ਼ਾਅੱਲਾ ਜੀ, ਬਿੱਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗ ਸੇਮ, ਸਿੰਘ ਵੀ ਦੋਸਤਾਂ ਵੇਖ ਲੈਣੇ ਨੇ। ਨੰਬਰ 13 ਤੇ ਆ ਗਈ, ਕਿੰਨੇ ਕੁ ਦਿਨ ਲੈਂਦੀ ਭਾਈ ਬਿਲਾਲ? ਦੂਸਰਾ ਸੂਆ ਸੋਹਣਾ, 7 ਕੁ ਦਿਨ ਲੈਂਦੀ ਵੀ, ਦਿਨ ਜਿਹੜੇ ਦੱਸੀ ਦੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ। ਝੋਟੀ ਨੰਬਰ ਹੈ ਜੀ 13, ਸਾਨੂੰ ਦੋਸਤਾਂ ਵੇਖ ਲੈਣੇ ਨੇ, ਸੋਹਣੇ ਥਣ ਲੱਗੇ ਨੇ ਮਾਸ਼ਾਅੱਲਾ। ਚਲੋ ਭਾਈ ਜਾਨ, ਗੱਬਨ ਝੋਟੀ ਹੈ ਨੰਬਰ 13 ਤੇ ਆਈ ਹੈ ਜੀ, 7 ਕੁ ਦਿਨ ਲੈਂਦੀ ਵੀ, ਲਾਮ ਵੀ ਚੰਗੀ ਹੈ। ਪੁੱਠਾ ਦੋਸਤਾਂ ਵੇਖ ਲੈਣਾ। ਠੀਕ ਹੈ ਭਾਈ, ਲਿਆ ਕੇ ਟੋਰੇ ਉਹਨੂੰ।
ਜੀ ਭਾਈ ਬਿਲਾਲ ਝੋਟੀ ਨੰਬਰ 13 ਦਾ ਕਿਸੇ ਭਰਾ ਨੂੰ ਫਰਾਲ ਭਾਈ ਝੋਟੀ ਚੰਗੀ ਲੱਗੇ ਨਾ 270,000 ਦੀ ਪੈਨਲ ਝੋਟੀ ਕਿਸੇ 270,000 ਅੱਗੇ ਆ ਗਈ ਹੈ ਜੀ ਝੋਟੀ ਨੰਬਰ 14 ਮੀਣੀ ਹਾਂਜੀ ਦੋਸਤੋ ਆਹ ਚੈੱਕ ਕਰੋ ਜੀ ਇਹ ਵੀ ਗੱਬਣ ਆਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗ ਸੇਮ ਗੋਲੀ ਵੀ ਦੋਸਤਾਂ ਵੇਖ ਲੈਣੀ ਹੈ ਜੀ ਗੱਬਣ ਪਿਛਲੀ ਵੀਡੀਓ ਦੀ ਹੁਣ ਤਿਆਰ ਹੋ ਭਾਈ ਮਾਸ਼ਾਅੱਲਾ ਠੀਕ ਹੈ ਦਿਨ ਕਿੰਨੇ ਕੁ ਲੈਂਦੀ ਹੈ ਠੀਕ ਹੈ ਇਹਦਾ ਇੱਕ ਸਿੰਗਲ ਦਾ ਹਾਂਜੀ ਇੱਕ ਸਿੰਗਲ ਠੀਕ ਹੈ ਤਿਆਰ ਹੀ ਹੁਣ ਮਾਸ਼ਾਅੱਲਾ ਜੀ ਲਿਬਾਸ ਸੋਹਣਾ ਕਰ ਗਈ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਦੋ ਤਿੰਨ ਦਿਨ ਲੈਂਦੀ ਹੈ ਕਿਨਵਾ ਸੁਆ ਨੇ ਸੋਹਣਾ ਦੂਸਰਾ ਸੁਆ ਨੇ ਸੋਹਣਾ ਲੈ ਰਹੇ ਭਾਈ ਲੈ ਕੇ ਠੀਕ ਆਹ ਚੈੱਕ ਕਰੋ ਮਾਸ਼ਾਅੱਲਾ ਚਿਹਰਾ ਦੋਸਤਾਂ ਵੇਖ ਲੈਣਾ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗ ਸੇਮ ਝੋਟੀ ਨੰਬਰ 14 ਜੀ ਤੇ ਤੁਹਾਨੂੰ ਦੋਸਤਾਂ ਵੇਖਣੇ ਨੇ ਸੋਹਣੀਆਂ ਬਿਰਨਾਂ ਦੇ ਲੱਗੇ ਨੇ ਮਾਸ਼ਾਅੱਲਾ ਆਹ ਚੈੱਕ ਕਰੋ ਜੀ ਤੇ ਧੁੰਨੀ ਤੇ ਕੋਲੀ ਵੀ ਦੋਸਤਾਂ ਵੇਖ ਲੈਣੀ ਹੈ ਠੀਕ ਹੈ ਭਾਈ ਲੈ ਕੇ ਟੋਰਿਓ ਜੀ ਝੋਟੀ ਨੰਬਰ 14 15 ਇੱਥੇ ਹੀ ਹੈ ਹਾਂਜੀ ਫਰਾਜ਼ ਭਾਈ ਭਾਈ ਖੋਲੋ ਜੀ ਇੱਥੇ ਤੁਸੀਂ ਚੰਗਾ ਮਾਸ਼ਾਅੱਲਾ ਝੋਟੀ ਦਾ ਪੁੱਠਾ ਦਾ ਸਟੋਰ ਓਏ ਦੋਸਤ ਆਹ ਚੈੱਕ ਕਰ ਲਓ ਮਾਸ਼ਾਅੱਲਾ ਠੀਕ ਹੈ ਜੀ ਭਾਈ ਬਿਲਾਲ ਝੋਟੀ ਨੰਬਰ 14 ਦਾ ਰੇਟ ਕਿਸੇ ਭਰਾ ਨੂੰ ਫਰਾਜ਼ ਭਾਈ ਚੰਗੀ ਲੱਗੇ 3,20,000 ਝੋਟੀ ਦੇਣੀ 3,20,000 ਅੱਗੇ ਆ ਗਈ ਹੈ ਜੀ ਪਹਿਲਵਾਨ ਚੀਜ਼ ਅੱਜ ਹੀ ਸੂਈ ਹੈ ਨੰਬਰ 15 ਤੇ ਆਈ ਹੈ ਮਾਸ਼ਾਅੱਲਾ ਜੀ ਬਿਲਾਲ ਭਾਈ ਪਿਛਲੇ ਸੂਏ ਦਾ ਕੀ ਰਿਕਾਰਡ ਦੱਸਦੇ ਹੋ ਭਾਈ ਮਾਲਕ ਕਹਿੰਦੇ ਜੀ ਚੱਲ ਖੋਲ ਲੈ 25 ਮੈਂ 20 ਭਾਈ ਨੂੰ ਹੀ ਲੈਣੀ ਦੇ ਕੇ ਲਾ ਦੇ ਕੰਮ ਮਾਲਕਾਂ ਕੀ ਹੈ ਮਾਲਕਾਂ 24 80 ਗਰੰਟੀ ਜਿਹੜੀ 20 ਭਾਈ ਕਿਲੋ ਦੀ ਝੋਟੀ ਦੀ ਮਾਸ਼ਾਅੱਲਾ ਕਿੰਨਵਾ ਸੂਆ ਸੂਈ ਹੋ ਦੂਸਰਾ ਸੂਆ ਸੂਈ ਹੋ ਜੇ ਕਿੰਨਾ ਮਾਸ਼ਾਅੱਲਾ ਲਿਬਾਸ ਯਾਰ ਕੋਈ ਦੋਸਤ ਲਿਬਾਸ ਦਾ ਵੇਖ ਲੈਣਾ ਚੀਜ਼ ਚੰਗੀ ਹੈ ਦੂਸਰਾ ਸੂਆ ਸੂਈ ਹੈ ਅੱਜ ਹੀ ਸੂਈ ਹੈ ਹਾਂਜੀ ਫਰਾਜ਼ ਭਾਈ ਸਵਾਈ ਕੀਤੀ ਪਹਿਲੀ ਕਿ ਨਹੀਂ ਨਹੀਂ ਫਰਾਜ਼ ਭਾਈ ਬੱਚੇ ਨੂੰ ਚੰਗਾਇਆ ਬਸ ਬੱਚੇ ਨੂੰ ਪਾਇਆ ਦਵਾਈ ਇਹ ਦੀ ਨਹੀਂ ਹੋਈ ਤੇ ਫਿਰ ਚੰਗਾ ਦਾ ਸੂਆ ਹਾਂਜੀ ਦੂਸਰਾ ਹਾਂਜੀ ਦੂਸਰਾ ਸੂਆ ਓਏ ਦੋਸਤੋ ਲਿਬਾਸ ਦਾ ਵੇਖ ਲੈਣਾ ਚਵਾਈ ਦੀ ਹੋਣੀ ਹੈ ਬੱਚੇ ਨੂੰ ਪਲਾ ਲਿਆ ਤੇ ਝੋਟੀ ਨੰਬਰ 15 ਪੁੱਠਾ ਵੀ ਦੋਸਤਾਂ ਵੇਖ ਲੈਣਾ ਲਾ ਰੇ ਭਾਈ ਚਿਹਰਾ ਦਾ ਸਾਹਮਣੇ ਕਰਾ ਪਿੱਛੇ ਆ ਮਾਸ਼ਾਅੱਲਾ ਘੱਟੀ ਹੈ ਠੀਕ ਆ ਚੈੱਕ ਕਰੋ ਮਾਸ਼ਾਅੱਲਾ ਲਿਬਾਸ ਦੋਸਤਾਂ ਵੇਖ ਲੈਣਾ ਆ ਸੂਈ ਜੇ 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 ਤੱਕ ਦੀ ਹੁੰਦੀ ਨਾ ਸਾਫ ਜੀ ਉਹਨਾਂ ਨੇ ਕੱਟੀ ਦਿੰਦੀ ਉਹਨਾਂ ਮੈਂ ਨਹੀਂ ਮੈਨੂੰ ਦੇਣੀ ਠੀਕ ਮਾਸ਼ਾਅੱਲਾ ਕੱਟੀ ਤਾਂ ਆ ਚੈੱਕ ਕਰੋ ਕੱਟੀ ਦੋਸਤ ਤੇ ਕੱਚਾ ਨਾੜੂ ਆ ਚੈੱਕ ਕਰ ਲਓ ਜੀ ਕੱਟੀ ਦੋਸਤ ਤੇ ਕੱਟੀ ਵੀ ਚੰਗੀ ਸਿਹਤਮੰਦ ਮਾਸ਼ਾਅੱਲਾ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਚਵਾਈ ਦੀ ਹੋ ਲਿਆਉਣੀ ਹੈ ਵੀਡੀਓ ਅਪਲੋਡ ਹੋ ਜਾਣੀ ਹੈ ਦੋਸਤ ਪੁੱਛ ਸਕਦੇ ਨੇ ਕਿ ਪਹਿਲੀ ਚਵਾਈ 'ਚ ਕਿੰਨਾ ਬੋਲਾ ਕੱਢਿਆ ਦੂਸਰਾ ਸੂਆ ਪਿੱਛੇ ਦੇ ਕੱਟੀ ਤੇ ਝੋਟੀ ਨੰਬਰ 15 ਜੀ ਭਾਈ ਬਿਲਾਲ ਝੋਟੀ ਨੰਬਰ 15 ਦਾ ਰੇਟ ਹਾਂਜੀ ਇਹਦਾ ਫਰਾਲ ਦੇ ਬਿਲਕੁਲ ਜਾਇਜ਼ ਰੇਟ 2,90,000 ਸੂਬੇਦਾਰ ਸਾਹਿਬ ਕਹਿ ਰਹੇ ਨੇ ਕੱਟੀ ਫਿਰ ਵਹਾਣੀ ਹੈ ਕੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਕੱਟੀ ਚੰਗੀ ਸਿਹਤਮੰਦ ਹੈ ਇਹ 2,90,000 ਠੀਕ ਅੱਗੇ ਭਾਈ ਲੈ ਆਓ ਜੀ ਆਹਰੀ ਝੋਟੀ ਆ ਗਈ ਹੈ ਜੀ ਝੋਟੀ ਨੰਬਰ 16 ਆਹ ਚੈੱਕ ਕਰੋ ਕੱਟੇ ਵੀ ਆਨੇ ਦੋ ਠੀਕ ਲਾ ਰਹੇ ਭਾਈ ਆਹ ਪਹਿਲਾਂ ਨੇ ਲਾ ਰਹੇ ਭਾਈ ਭਾਈ ਲਿਆ ਕੇ ਖਿਲਾ ਰਹੇ ਹੋ ਆਹ ਸਿੰਘ ਦੇ ਸਾਹਮਣੇ ਕਰਿਓ ਜੀ ਆਹ ਚੈੱਕ ਕਰੋ ਚਿਹਰਾ ਬਿੱਲੀਆਂ ਅੱਖਾਂ ਨੇ ਮਾਸ਼ਾਅੱਲਾ ਸਿੰਘੀਆਂ ਨੇ ਛੋਟੀਆਂ ਛੋਟੀਆਂ ਨੇ ਆਹ ਚੈੱਕ ਕਰੋ ਜੀ ਇਹਦੇ ਫਰਾਜ਼ ਭਾਈ ਘਰ 'ਚ ਖੁੱਲੀ ਰੱਖਣ ਵਾਲੀ ਜਿਸ ਤਰ੍ਹਾਂ ਆਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਪਹਿਲਾਂ ਝੋਟੀ ਹੈ ਕਿਦਨ ਦੀ ਸੂਈ ਹੈ ਫਰਾਜ਼ ਤਾਂ ਇਹਨੂੰ ਦੇਣ ਕੋਈ 5 ਹੋ ਗਿਆ ਉਹਨੇ ਪਿੱਛੇ ਕੱਟੀ ਇਹਦੇ ਵੀ ਪਿੱਛੇ ਦੇ ਵੀ ਕੱਟੀ ਹੈ ਮਾਸ਼ਾਅੱਲਾ ਜੀ ਪਹਿਲਾਂ ਝੋਟੀ ਹੈ ਖੂਬਸੂਰਤੀ ਚੀਜ਼ ਸਿੰਘ ਐਵੇਂ ਛੋਟੇ ਛੋਟੇ ਪਹਿਲਾਂ ਸੁਆ ਸੂਈ ਹੈ ਪੁੱਠਾ ਵੀ ਦੋਸਤਾਂ ਵੇਖਣਾ ਯਾਰ ਲਿਬਾਸ ਵੀ ਚੈੱਕ ਕਰਾਨੇ ਆ ਕਿੰਨਾ ਦੁੱਧ ਦੇ ਕੋਲ ਦੁੱਧ ਇਸ ਟਾਈਮ ਤੇ ਕੋ 12 ਕਿਲੋ ਦੀ ਫਰਾਜ਼ 12 ਕਿਲੋ ਪਿੱਛੇ ਦੇ ਕੱਟੀ ਹੈ ਦੋਸਤਾਂ ਨੂੰ ਵੀ ਚੈੱਕ ਕਰਾਨੇ ਆ 12 ਕਿਲੋ ਬੱਚੇ ਸਮੇਤ ਹੀ ਹਾਂਜੀ ਇਹ ਕਰੀ ਫਰਾਜ਼ ਦਾ ਚਿਹਰਾ ਭਰਾਵਾਂ ਚੈੱਕ ਕਰਾਓ ਠੀਕ ਆ ਚੈੱਕ ਕਰੋ ਸੋਹਣੀ ਚੀਜ਼ ਦੋਸਤੋ ਕੱਟੀ ਵੀ ਵੇਖ ਲੈ
ਠੀਕ ਹੈ ਜੀ ਭਾਈ ਬਿਲਾਲ, ਝੋਟੀ ਨੰਬਰ 16 ਦਾ ਰੇਟ ਸੇ ਭਰਾ ਭਾਈ ਚੰਗੀ ਲੱਗੀ, 2,65,000 ਦੀ ਝੋਟੀ ਦੇ ਰਿਹਾ। 2,65,000 ਲੋ ਜੀ ਦੋਸਤੋ, ਪਹਿਲਾਂ ਝੋਟੀ ਹੈ, ਇਹ 5 ਕੁ ਦਿਨ ਹੋ ਗਏ ਨੇ ਪਿੱਛੇ ਤੋਂ ਕੱਟੀ ਹੈ। ਚਿਹਰਾ ਦੋਸਤਾਂ ਫਿਰ ਵੇਖ ਲੈਣਾ, ਕੀਮਤ ਡਿਮਾਂਡ 2,65,000 ਟੋਟਲ 16 ਝੋਟੀਆਂ ਨੇ ਤੇ 2 ਕੱਟੇ ਨੇ, ਕੱਟੇ ਖੋਲਣੇ ਨੇ ਜੀ ਭਰਾ। ਹੁਣ ਚੈੱਕ ਖੋਲ ਲਓ, ਕਿੰਨੀ ਕਿੰਨੀ ਉਮਰ ਇਹਨਾਂ ਦੀ? ਇਹ ਭਰਾ ਦਾ ਇੱਕ ਹੀ ਇਹ 1.5 ਸਾਲ ਦਾ ਜੋ ਕੁ ਸਾਲ ਭਰਾ ਆਦਾ ਜਿਹੜਾ ਸਾਹਮਣੇ ਕਰੋ। ਓਏ ਦੋਸਤੋ, 2 ਕੱਟੇ ਵੀ ਹੈ ਨੇ, ਰੱਖਣ ਵਾਦ ਕੇ ਲੈਣਾ ਪੂਰਾ ਕੱਟਾ ਸਾਫ ਹੀ ਬੜਾ ਪਸੰਦ ਮੈਨੂੰ ਆਪਣੇ ਕੋਲ। ਇਹ ਵੀ 5 ਕਿਲੇ ਆਣੇ? ਹਾਂਜੀ ਹੈ ਵੇ ਕਿ ਨਹੀਂ? ਓਏ ਅਗਲੀਆਂ ਥੋੜੀ ਥੋੜੀ ਚਿੱਟੀਆਂ ਜੇ ਚਿੱਟੀਆਂ ਨੇ, ਥੋੜੀ ਥੋੜੀ ਆ 5 ਕਿਲੇ ਆ। ਸੋਹਣਾ ਕੱਟਾ ਮਾਸ਼ਾਅੱਲਾ। ਸਾਲ ਉਮਰ ਦੱਸੀ ਜੇ? 1.5 ਸਾਲ। 1.5 ਸਾਲ ਪਰਲੇ ਦੀ ਕਿ ਨਹੀਂ? ਸਾਲ ਹੀ। ਓਏ ਦੋਸਤੋ, ਆਹ ਚੈੱਕ ਕਰੋ। ਆਂਡਾ ਵੀ ਦੋਸਤ ਵੇਖ ਰਹੇ ਜਿਹਨਾਂ ਬਰੀਡਿੰਗ ਕਰਾਣੀ ਬਿਲਾਲ ਭਾਈ, ਪੂਰਾ ਤਜਰਬਾ ਹਾਸਲ ਕਰੋ। ਇਹ ਚੈੱਕ ਕਰੋ ਜੀ, ਇਹ ਵੀ ਦੋਸਤਾਂ ਵੇਖ ਰਹੇ, ਕਿਉਂਕਿ ਸੂਬੇਦਾਰ ਸਾਹਿਬ ਜ਼ਿਕਰ ਕੀਤਾ ਕਿਸੇ ਨੇ ਰੱਖਣੇ ਨੇ, ਕਿਉਂਕਿ ਜੇ ਕੋਣੇ ਹੋਣ ਤੇ ਫੇਰ ਨਹੀਂ। ਇਹਦੀ ਉਮਰ ਕਿੰਨੀ ਹੈ? ਇਹਦੀ ਉਮਰ ਸਾਲ ਹੈ ਭਰਾ। 2 ਸਾਲ ਹੋ ਗਿਆ ਨਾ ਮੈਨੂੰ। ਕੀ ਵਿਕੀਆਂ ਭਰਾ ਦੇ? 3 ਮੇਰੇ ਕੋ ਮੱਝਾਂ ਵਿਕੀਆਂ ਬਜੀਆਂ। ਠੀਕ, ਕੀ ਰੇਟ ਇਹਨਾਂ ਦਾ? ਇਹਨਾਂ ਦਾ ਭਰਾ ਵੀ 1,35,000 ਦੋਵਾਂ ਦਾ। ਦੋਵੇਂ ਦੋਸਤੋ, ਕੀਮਤ ਦੋਵਾਂ ਦੀ 1,35,000। ਅੱਛਾ, ਹੁਣ ਮਸਲਾ ਇਹ ਬਣਿਆ ਕਿ ਭਾਈ ਸਦੀਕ ਨੇ ਟੈਕਸ ਤੋਂ ਮੱਝ ਲਈ ਉਹ ਸਿੰਧਣ। ਜੀ ਜੀ, ਉਹ ਬੜੇ ਕਾਲੇ ਪਏ ਨੇ, ਅਸਲ ਦੂਜੀਆਂ 2 ਮੱਝਾਂ ਲਈਆਂ ਨੇ ਉੱਥੋਂ ਦੇ ਬੰਦੇ ਨੇ, ਉਹਨਾਂ 1,00,000 ਰੁਪਇਆ ਮਰੀ ਦਿਆਂ, ਉਹਨਾਂ 1,00,000 ਕਲਾਇਆ। ਭਾਈ ਸਦੀਕ ਕਾਲਾ ਪਿਆ ਕੋਈ ਮੇਰੀ ਬੇਰੀ, ਮੈਂ ਕਿਹਾ ਉਹਨੂੰ ਵੀਡੀਓ 'ਚ ਤਾਂ ਕਹਿ ਰਿਹਾ ਕਿ ਭਾਈ ਸਦੀਕ ਤੇਰੀ ਮੈਂ ਇਨਸ਼ਾਅੱਲਾ ਨਾਗ ਲਏ ਦਾ, ਉਹ ਪੈਸੇ ਘਲਾਉਂਦੇ ਦੂਜੇ ਤੇ ਤੁਹਾਡੀ ਵੀ ਆ ਜਾਂਦੀ ਆ। ਆਨੀ ਸਦੀਕ ਸਾਹਿਬ ਦਾ ਫਾਇਦਾ ਹੀ ਹੋਈ ਇਹਦਾ, ਅਗਰ 2 ਜਾਨਵਰ ਇਕੱਠੇ ਜਾਂਦੇ ਕੋਈ ਇੱਕ ਗਾਈ ਤੇ ਇੱਕੋ 2 ਬਣੀਆਂ, ਯਾਨੀ ਕਿ ਉਹਨਾਂ ਦੇ ਅਗਰ ਜਾਨਵਰ ਲੈਦਾ ਜਾਂ ਤੇ ਉਹਨਾਂ ਨੂੰ ਕਿਰਾਇਆ ਜ਼ਿਆਦਾ ਪੈਂਦਾ। ਹਾਂਜੀ ਹਾਂਜੀ, ਤੇ ਅਗਰ ਇਕੱਠੇ ਉਹ ਭਾਈ ਜਿਹੜੇ ਮਰੀ ਵਾਲੇ ਨੇ ਉਹਨਾਂ ਦਾ ਵੀ ਟੁਰ ਜੀ ਤੇ ਫਿਰ ਫਰਾਜ਼ਾ ਯਕੀਨ ਕਰ ਗਾਹਕ ਦਾ ਫਾਇਦਾ ਸੋਚੀ ਦਾ। ਠੀਕ, ਲੇਕਿਨ ਭਾਈ ਸਦੀਕ ਕਾਲਾ ਪੈ ਗਿਆ ਵੇ, ਉਹ ਮੇਰੀ ਨਹੀਂ ਕਲਾਓ ਕਲਾਓ। ਮੈਂਬਰ ਸਾਹਿਬ ਆਏ, ਮੈਂਬਰ ਸਾਹਿਬ ਅੱਜ ਸੁਣ ਲਓ, ਮਰਮਾ ਦਾ ਮਹੀਨਾ ਹੈ। ਜੀ ਜੀ, ਪਾਕ ਮਹੀਨਾ, ਇਹਦੇ ਵਿੱਚ ਮਤਲਬ ਕਿ ਜਿਹੜਾ ਹੱਸਣਾ ਅਤੇ ਫਾਲਤੂ ਗੱਲ ਕਰਨੀ ਭਰਾ ਸਾਹਿਬ, ਇਹ ਆਪਣਾ 11 ਮਹੀਨਾ ਸਮਝੋ ਨਾ ਖੇਡਾ, ਕਿ ਹੱਸਦਾ ਖੇਡਾ ਤਾਂ ਇਹ ਮਹੀਨਾ ਹੈ ਸਾਡੇ ਨਬੀਆਂ ਦਾ। ਜੀ ਜੀ, ਹਿੰਦੀ ਗੱਲ ਤੋਂ ਪਤਾ ਮਹੀਨਾ ਨਾ ਸੋ ਦਾ। ਹਾਂਜੀ ਹਾਂਜੀ, ਇਹਦੇ ਵਿੱਚ ਕੁਛ ਤੁਸੀਂ ਵੀ ਕਰੋ, ਜਿਹਦੀ ਕਿਤੇ ਵੀਡੀਓ ਬਣਾਓ ਨਾ, ਅਤੇ 18,000 ਤੁਹਾਡੀ ਕਾਰੋਬਾਰ ਦੀ ਬਰਕਤ ਪੈ ਗਈ। ਆਮੀਨ, ਬਿਲਕੁਲ ਜੀ ਸਰ, ਸ਼ੁਕਰ ਹੱਸਦੇ ਹੋ। ਬਿਲਕੁਲ ਜੀ, ਜਿਹੜਾ ਬੇਫਜ਼ੂਲ ਹੱਸ ਹੈ ਜਾਂ ਉਂਝ ਮਜ਼ਾਕ ਵਗੈਰਾ, ਬਰਖੁਦਾ ਨੂੰ ਯਕੀਨ ਕਰੋ, ਮਰਮਾ ਦੇ ਮਹੀਨੇ ਦੀ ਵਜ੍ਹਾ ਤੋਂ ਮਹੀਆਂ ਦਾ ਮੁੱਲ ਮੈਂ ਪਹਿਲਾਂ 'ਚ ਬੈਠਾ, ਮੈਂ ਪੁੱਤਰ 5,000 ਘੱਟ ਕਰ ਤੂੰ, ਛੱਡ ਥੋੜ੍ਹਾ ਥੋੜ੍ਹਾ ਨਫ਼ਾ ਲਈ ਜਾ, ਇੰਨਾ ਮਾਲ ਉਹਨੇ ਕੋਲ ਨਾ 5-5, 6-6 ਫਰਾਸ ਨਾਲ ਲੱਭੀ ਜਾਏ ਇੰਨੇ ਮਾਲ 'ਚੋਂ, ਅਤੇ ਲਓ ਕਿੱਥੇ ਮੇਰੇ ਵਰਗੇ ਤਾਂ ਗੰਨ ਫੜ ਕੇ ਖਲੋਤੇ, ਮੈਂ ਪੁੱਤਰ ਕਿੰਨੀ ਸਾਨੂੰ ਪੜ੍ਹ ਜ਼ਬਰਦਸਤ। ਹੁਣ ਆਖਰ ਤੇ ਮੈਂਬਰ ਸਾਹਿਬ ਅੱਗੇ ਰਿਕੁਐਸਟ ਕਰਾਂਗੇ ਕਿ ਮਰਮਾ ਦੇ ਹਵਾਲੇ ਨਾਲ, ਮਰਮਾ ਦੇ ਹਵਾਲੇ ਨਾਲ ਜਰਾ ਸਾਨੂੰ ਕੋਈ ਜੀ। ਮੈਂਬਰ ਸਾਹਿਬ ਸਿਹਤ ਕੈਸੀ ਹੈ? ਸ਼ੁਕਰ ਅੱਲਾਹ ਦਾ, ਅੱਲਾਹ ਦਾ ਬਰਸ ਮਾਰਗ ਦਾ। ਠੀਕ ਹੈ, ਮਾਸ਼ਾਅੱਲਾ, ਅੱਲਾਹ ਜ਼ਾਤ ਨੇ ਅੱਛੀ ਆਵਾਜ਼ ਦਿੱਤੀ ਹੈ। ਦੋਸਤ ਕਮੈਂਟ ਵੀ ਕਰਦੇ ਨੇ, ਕੁਛ ਵੀਡੀਓਜ਼ 'ਚ ਤੁਸੀਂ ਹਾਜ਼ਰ ਨਹੀਂ ਹੋਏ, ਸਿਹਤ ਨਹੀਂ ਠੀਕ, ਅਤੇ ਸੂਬੇਦਾਰ ਸਾਹਿਬ ਆਲਰੇਡੀ ਜ਼ਿਕਰ ਕੀਤਾ ਕਿ ਮਰਮਾ ਦੇ ਹਵਾਲੇ ਨਾਲ ਜਿਹੜਾ ਨਾ ਕੋਈ ਗੁਫ਼ਤਗੂ ਕਰੋ ਅੱਛੀ। ਮਾਸ਼ਾਅੱਲਾ, ਸਰਕਾਰ ਬਹੁਤ ਸਾਰਾ ਫਰਮਾਇਆ ਹੈ, ਛਸ਼ ਜ਼ਮੀਨਾਂ, ਛਸ਼ ਸਮਾਨਾਂ ਅਤੇ ਛਸ਼ ਪਾਣੀ ਤਰ ਦਿਓ, ਇਹਦਾ ਮਹਿਣਾ ਕੀ ਹੈ? 18,000 ਮਖਲੋਕ ਹੈ, 6,000 ਪਾਣੀ 'ਚ, 6,000 ਸਮਾਨਾਂ ਅਤੇ 6,000 ਖਾਕੀ। 18,000 ਮਖਲੋਕ ਨੇ ਹੀ ਸੌ ਕੀਤਾ ਮਾਮ ਹੁਸੈਨ ਦਾ ਲਗਾਤਾਰ ਉਹ 6 ਉਹਦੇ ਬਾਰੇ ਮਾਸ਼ਾਅੱਲਾ ਮਾਸ਼ਾਅੱਲਾ ਸੁਣਾਉਣਾ ਵਾ ਇਹ
ਕਿਉਂ ਨਾ ਪੱਥਰ ਵੀ ਵੈਜਣ ਵਾਂਗ ਪਾਣੀ ਕਿਉਂ ਨਾ ਪੱਥਰ ਵੀ ਵੈਜਣ ਵਾਂਗ ਪਾਣੀ ਜਦੋਂ ਸਾਹਮਣੇ ਕਰਬਲਾ ਦਾ ਹਾਲ ਹੋਵੇ ਵਤਨ ਦੂਰ ਤੇ ਮਿਲੇ ਨਾ ਘੁੱਟ ਪਾਣੀ ਮੂੰਹ ਕਰਨਾ ਵੀ ਨਾ ਸਵਾਲ ਹੋਵੇ ਇੱਕ ਤਰਫ ਅਬਾਸ ਦੇ ਕਲਮ ਬਾਜ਼ੂ ਗੋਦੀ ਵਿੱਚ ਬਿਸਮਿਲਾ ਅਸਗਰ ਬਾਲ ਹੋਵੇ ਉੱਤੋਂ ਵਕਤ ਨਮਾਜ਼ ਦਾ ਆ ਜਾਵੇ ਬਾਲ ਬੱਚਾ ਵੀ ਹੁੰਦਾ ਹਲਾਲ ਹੋਵੇ ਸਿਰ ਆਸ਼ਕਾਂ ਰੱਖਣਾ ਵਿੱਚ ਸਜਦੇ ਮਿਹਰਬਾਨ ਰੱਬ ਜ਼ੁਲ ਜਲਾਲ ਹੋਵੇ ਸਭ ਵੇਖ ਲਵੇ ਉਮਤ ਆਪਣੀ ਦੇ ਲਵੇ ਉਮਤ ਆਪਣੀ ਦੇ ਤੇ ਕਜੀ ਅੱਜ ਨਾਨਾ ਸਾਡੇ ਨਾਲ ਹੋਵੇ ਜ਼ੈਨਬ ਆਵੇ ਭਰਾ ਦੀ ਲੰਮੀ ਨੀਂਦਰ ਤੇ ਨੂਰ ਜਮਾ